ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਹੋਂ ਦਾ ਦੂਸਰਾ ਵਿਸ਼ਾ ਦਾ ਕਨਸੈਪਟ ਆਫ ਲਾਈਫ ਸਕਿਲ ਇਨ ਗੁਰੂ ਗ੍ਰੰਥ ਸਾਹਿਬ ਬਹੁਤ ਇਹ ਐਸਾ ਵਿਸ਼ਾ ਜਿਹੜਾ ਵਿਸ਼ਾ ਸਾਡੀ ਜ਼ਿੰਦਗੀ ਨਾਲ ਹੋਰ ਸਾਡੀ ਰਹਿਣੀ ਬਹਿਣੀ ਨਾਲ ਸੰਬੰਧਤ ਹੈ ਚਾਹੋ ਸਾਡੀ ਸਮਾਜਿਕ ਰਹਿਣੀ ਬਹਿਣੀ ਹੈ ਜਾਂ ਆਰਥਿਕ ਹੈ ਮੈਂ ਕਹਿ ਸਕਦਾ ਅਗਰ ਰਾਜਸੀ ਵੀ ਹੋਵੇ ਤਾਂ ਵੀ ਇਹ ਵਿਸ਼ਾ ਲਾਈਫ ਸਕਿਲ ਹੈ ਗੁਰੂਗਰੰਦ ਸਾਹਿਬ ਬੜਾ ਸਮਝਣ ਵਾਲਾ ਹੋਰ ਅਪਣਾਨ ਵਾਲਾ ਹੈ ਲਾਈਫ ਸਕਿਲ ਦੀ ਜਿਹੜੀ ਗੱਲ ਕਰਾਂ ਤਾਂ ਇਟ ਬਿਲੋਂਗਸ ਟੂ ਪਰਸਨਲ ਬਿਹੇਵੀਅਰ ਮੈਨੇਜਿੰਗ ਐਂਡ ਲਿਵਿੰਗ ਅ ਬੈਟਰ ਕੁਆਲਿਟੀ ਆਫ ਲਾਈਫ ਇਹ ਤੁਹਾਨੂੰ ਲਾਈਫ ਸਕਿਲ ਹੋਏਗਾ ਇਕ ਚੰਗੀ ਜ਼ਿੰਦਗੀ ਜੀਣਾ ਅੱਛੇ ਗੁਣਾਵਾਲੀ ਜ਼ਿੰਦਗੀ ਜੀਣਾ ਇਹ ਲਾਈਫ ਸਕਿੱਲ ਦੇ ਥਰੂ ਅਸੀਂ ਜੀ ਸਕਦੇ ਹਾਂ ਜਿਹਨੂੰ ਮੈਂ ਕਹਿ ਲਵਾਂ ਬੜਾ ਹੋਰ ਇੱਕੋ ਵਰਡ ਜੇ ਇਹ ਵੇ ਆਫ ਲਿਵਿੰਗ ਦੀ ਗੱਲ ਜਿਹੜੀ ਗੁਰਗੰਸਾ ਜੀ ਸਾਨੂੰ ਕਹੀ ਗਈ ਹੈ ਜੀਵਨ ਜਾਂਚ ਸਭ ਤੋਂ ਪਹਿਲੀ ਤਾਂ ਗੱਲ ਇਹ ਸਮਝੀਏ ਕਿ ਦ ਮੋਸਟ ਇੰਪੋਰਟੈਂਟ ਲਾਈਫ ਸਕਿੱਲ ਇਜ਼ ਦ ਅਬਿਲਟੀ ਟੂ ਲਰਨ ਹਰ ਟਾਈਮ ਸਿੱਖਣ ਦੀ ਜਿਹੜੀ ਹੈ ਨਾ ਪਿਆਸ ਉਹ ਮਨੁੱਖ ਵਿੱਚ ਜ਼ਰੂਰ ਰਹਿਣੀ ਚਾਹੀਦੀ ਹੈ ਫਿਰ ਲਾਈਫ ਸਕਿੱਲ ਜਿਹੜਾ ਇਹ ਇੱਕ ਐਕਸਪੀਰੀਅੰਸ ਹੈ ਤਜਰਬਾ ਹੈ ਅਮਲ ਹੈ ਇਹ ਅਮਲ ਨਾਲ ਆਪਣੇ ਐਕਸਪੀਰੀਅੰਸ ਨਾਲ ਵੀ ਲਾਈਫ ਸਕਿੱਲ ਜਿਹੜੀ ਹੈ ਉਹ ਸਿੱਖੀ ਜਾ ਸਕਦੀ ਹੈ ਮੈਂ ਹੋਰ ਇਸ ਨੂੰ ਸਪਸ਼ਟ ਕਰਾਂ ਤਾਂ ਲਾਈਫ ਸਕਿੱਲਸ ਲਾਈਫ ਮੈਨੇਜਮੈਂਟ ਕਿ ਲਾਈਫ ਮੈਨੇਜਮੈਂਟ ਨੂੰ ਲਾਈਫ ਸਕਿੱਲ ਨੂੰ ਅਸੀਂ ਕਹਿ ਸਕਦੇ ਆ ਔਰ ਹੋਰ ਥੋੜਾ ਜਿਹਾ ਠੀਕ ਇਹਨੂੰ ਹੋਰ ਅੱਗੇ ਪੜਾਅ ਚ ਲੈ ਜਾਵਾਂ ਤਾਂ ਲਾਈਫ ਕਿ ਲਾਈਫ ਸਕਿੱਲ ਇਜ਼ ਲਾਈਫ ਮੈਨੇਜਮੈਂਟ ਵਿਦ ਹੰਬਲਨੈਸ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਤੇ ਇਹਦੇ ਚ ਲਾਈਫ ਸਕਿੱਲ ਹੋ ਗਈ ਆਪਸ ਕੋ ਜੋ ਜਾਣੇ ਨੀਚਾ ਇਹ ਲਾਈਫ ਸਕਿੱਲ ਦਾ ਵੀ ਇੱਕ ਗੋਨਾ ਹੈ ਜੀਵਨ ਯੋਗਤ ਕਹਿ ਲੋ ਜੀਵਨ ਯਾਤ ਕਹਿ ਲੋ ਮਨੁੱਖ ਕਿਵੇਂ ਆਪਣੀ ਜੀਵਨ ਯਾਤਰਾ ਕਰ ਰਿਹਾ ਹੈ ਗਰਾਉਂਡ ਰਿਐਲਿਟੀ ਨੂੰ ਗੁਰਬਾਣੀ ਨੇ ਕਿੰਨੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ ਕਿ ਜਿਸ ਤਰ੍ਹਾਂ ਦੀ ਜ਼ਿੰਦਗੀ ਅਸੀਂ ਆਮ ਤੌਰ ਤੇ گزار ਰਹੇ ਹਾਂ ਕਿ ਪਹਿਲਾ ਪੈਰ ਦੰਦੇ ਗਿਆ ਦੂਜੇ ਫਰਸ ਹੋਇਆ ਥੱਕ ਗਿਆ ਨੀਂਦ ਆ ਗਈ ਸੋ ਗਿਆ ਤੀਜੇ ਜਾਗ ਜਖਾਇਆ ਚੌਥੇ ਭੋਰ ਵੇਆ ਫਿਰ ਸਵੇਰਾ ਆ ਗਈ ਅਗਲੇ ਦਿਨ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਸਾਡੀ ਜ਼ਿੰਦਗੀ ਬਸ ਇੱਥੋਂ ਤੱਕ ਦੇਖੋ ਮੈਂ ਵਾਰ-ਵਾਰ ਕਹਿੰਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਹਾਡੀ ਜ਼ਿੰਦਗੀ ਦਾ ਕਿਹੜਾ ਪੱਖ ਨੇ ਹੈ ਜ਼ਰੂਰਤ ਹੈ ਉਸ ਨੂੰ ਸਮਝਣ ਦੀ ਹਰ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਬਨੁਖ ਦੇ ਪੂਰੀ ਲਿਵਿੰਗ ਬੀਇੰਗ ਨੂੰ ਗੁਰੂ ਗ੍ਰੰਥ ਸਾਹਿਬ ਮੁਖਾਤਬ ਹੁੰਦੇ ਨੇ ਬੜੀ ਵਾਰ ਮੈਨੂੰ ਗੱਲ ਯਾਦ ਆ ਗਈ ਕਿ ਇੱਥੋਂ ਵੀ ਕਈਆਂ ਨੇ ਇਹ ਗੱਲ ਕਹੀ ਕਿ ਜੀ 25 25 ਸਾਲ ਹੋ ਗਏ 30 30 ਸਾਲ ਹੋ ਗਏ ਪਾਠ ਵੀ ਕਰਦੇ ਆਂ ਗੁਰਦੁਆਰੇ ਵੀ ਜਾਂਦੇ ਆਂ ਪਰ ਕਹਿੰਦੇ ਕੁਝ ਮਿਲਿਆ ਨਹੀਂ ਗੱਲ ਇਹ ਹੈ ਕਿ ਖਾਣਾ ਪੀਣਾ ਹੱਸਣਾ ਸੋਣਾ ਫਿਰ ਸਰ ਗਿਆ ਹੈ ਮਰਨਾ। ਯਾ ਉਹ ਬਾਲ ਜੋਨੀ ਅਰ ਬਿਰਦ ਫੁਣ ਤੀਨ ਅਵਸਥਾ ਜਾਨ ਕੋ ਨਾਨ ਕਰ ਭਜਨ। ਬਿਨ ਬਿਰਥਾ ਸਭਿ ਮਾਨੋ ਨਾ ਤੇ ਜਿਹੜੀ ਹਰ ਭਜਨ ਵਰਡ ਹੈ ਨਾ ਇਹ ਲਾਈਫ ਸਕਿੱਲ ਹੈ। ਇਸ ਨੀਨੋ ਸੀ ਚੰਗਿਆ ਵੀ ਇੱਕ ਇੱਕ ਪੇੜ ਤੋਂ ਪੁੱਛਿਆ ਗਿਆ ਦਰਖਤ ਤੋਂ ਕਿ ਤੇਰਾ ਜੀਵਨ ਕਿੱਥੇ ਹੈ? ਪੇੜ ਦਾ ਜਵਾਬ ਸੀ ਮੇਰਾ ਜੀਵਨ ਜੜਾਂ ਵਿੱਚ ਹੈ ਰੂਟਸ ਵਿੱਚ ਹੈ। ਜੋ ਦਿਖਾਈ ਨਹੀਂ ਦੇ ਰਿਹਾ ਜਿੱਥੇ ਜੜਾਂ ਉੱਥੇ ਹੀ ਜੀਵਨ ਹੈ ਇਸ ਗੱਲ ਨੂੰ ਬੜਾ ਧਿਆਨ ਨਾਲ ਸਮਝਣਾ ਕਿ ਜਿੱਥੇ ਤੁਹਾਡੀਆਂ ਜੜਾਂ ਨੇ ਲਾਈਫ ਉੱਥੇ ਹੈ ਲਾਈਫ ਸਕੇਲ ਉੱਥੇ ਪਈ ਹੈ ਪਰ ਉਧਰ ਧਿਆਨ ਨਹੀਂ ਹੈ ਨਾ ਮਨੁੱਖ ਨੇ ਜੀਵਨ ਨੂੰ ਜਿਹੜਾ ਸਮਝਿਆ ਉਹ ਸਭ ਬਾਹਰੀ ਸੰਸਾਰ ਨੂੰ ਹੀ ਅਸੀਂ ਸਮਝ ਰੱਖਿਆ ਫੁੱਲ ਵੇਖ ਲੈ ਪੱਤੇ ਵੇਖ ਲੈ ਫੁੱਲ ਵੇਖ ਲੈ ਇਹ ਫਿਲਾਵ ਜਿਹੜਾ ਉਸ ਵੱਲ ਤਾਂ ਸਾਡਾ ਸਾਡੀ ਤਵੱਜੋ ਹੈ ਪਰ ਜੜਾਂ ਨੈਗਲੈਕਟ ਹੋ ਰੀਆਂ ਨੇ ਜੜਾਂ ਨੂੰ ਵੱਲ ਅਸੀਂ ਧਿਆਨ ਨਹੀਂ ਦੇ ਰਹੇ ਜਿਸ ਤਰ੍ਹਾਂ ਪੇੜ ਦੀਆਂ ਜੜਾਂ ਨਹੀਂ ਦਿਖਾਈ ਦੇਦੀਆਂ ਸਾਡੀ ਵੀ ਜਿਹੜੀ ਮੂਲ ਹੈ ਸਾਡਾ ਵੀ ਜਿਹੜਾ ਜਿਹੜੀਆਂ ਜੜਾਂ ਨੇ ਉਹ ਸਾਡੇ ਅੰਦਰ ਹੀ ਨੇ ਅਸੀਂ ਥੋੜਾ ਜਿਹਾ ਇਹਦੇ ਬਾਰੇ ਹਰਮੰਦਰੇ ਸਰੀਰ ਦੇ ਵਿੱਚ ਵੀ ਇਹ ਗੱਲ ਥੋੜੀ ਜੀ ਇਸ ਨੂੰ ਛੂਹਿਆ ਸੀ ਜੋ ਆਦਰਸ਼ ਜੋ ਅਦ੍ਰਿਸ਼ ਹੈ ਉਹ ਸਾਡੇ ਅੰਦਰ ਹੈ ਇਸੇ ਤਰ੍ਹਾਂ ਹੀ ਮਨੁੱਖ ਦੀਆਂ ਜਿੰਨੀਆਂ ਵੀ ਆਪਣੀ ਅੰਦਰ ਜਣੀਆਂ ਜੜ੍ਹਾਂ ਨੇ ਉਹ ਅੰਦਰ ਨੇ ਉਹਨੂੰ ਅਸੀਂ ਨਿਕਲੈਕਟ ਕਰ ਰਹੇ ਹਾਂ ਤਾਂ ਸਮਰਨ ਇਹ ਨਹੀਂ ਕਿ ਅੰਦਰ ਕੁਝ ਹੈ ਅੰਦਰ ਹੀ ਸਾਰੀ ਸ਼ਕਤੀ ਹੈ ਅੰਦਰ ਹੀ ਸਾਰਾ ਸਭ ਕੁਝ ਹੈ ਬਸ਼ਰਤੇ ਅਸੀਂ ਜਿਹੜੀ ਹੈ ਉਸ ਗੱਲ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਪੜਾਂਗੇ ਤੇ ਤਾਂ ਫਿਰ ਉੱਥੇ ਲਾਈਫ ਸਕਿੱਲ ਦੀ ਸਾਨੂੰ ਆਏਗੀ ਕਿ ਡਿਵੈਲਪਮੈਂਟ ਆਫ ਆਊਟਰ ਐਂਡ ਗ੍ਰੋਥ ਆਊਟਰ ਐਂਡ ਇਨਰ ਗਰੋਥ ਜਿਹੜੀ ਹੈ ਇਹ ਲਾਈਫ ਸਕਿੱਲ ਦੇ ਦੇ ਰਾਈ ਸਾਨੂੰ ਪਤਾ ਲੱਗੇਗਾ ਫਿਰ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਉਹ ਲਾਈਨਾਂ ਮੇਰੇ ਸਾਹਮਣੇ ਆ ਜਾਂਦੀਆਂ ਨੇ ਜਿਹੜੀਆਂ ਬਾਰੀ ਨੇ ਮਾਟੀ ਦਾ ਪੁੱਤਰਾ ਕਿਵੇਂ ਨਚਤ ਹੈ ਦੇਖੋ ਦੇਖੋ ਸੁਨੇ ਬੋਲੇ ਦਿਰਿਓ ਦੋਰਿਓ ਫਿਰਤ ਹੈ ਜਦ ਕੁਝ ਪਾਵੇ ਤਬ ਗਰਤ ਕਰਤਾ ਹੈ ਮਾਇਆ ਗਈ ਤਬ ਬਸ ਐ ਜ਼ਿੰਦਗੀ ਜੈ ਸਾਡੀ ਇਹ ਚਾਰ ਲਾਈਨਾਂ ਚ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਦੱਸ ਦੇ ਦਿੱਤਾ ਹੈ ਤੇ ਫਿਰ ਅੱਗੇ ਸਮਝਾ ਵੀ ਦਿੱਤਾ ਹੈ ਫਿਰ ਸਾਨੂੰ ਦੱਸਿਆ ਗਿਆ ਬੇਟਾ ਬੰਦੇ ਖੋਜ ਦਿਲ ਹਰ ਰੋਜ਼ ਦਿਲ ਨੂੰ ਖੋਜਣਾ ਲਾਈਫ ਸਕਿੱਲ ਨੂੰ ਖੋਜਣਾ ਹੈ ਫਿਰ ਪਰੇਸ਼ਾਨੀ ਮਾਹ ਹੈ ਫਿਰ ਉਹ ਕਹਿੰਦੇ ਨੇ ਮਨ ਕੀ ਪਤਰੀ ਬਾਚਨੀ ਸੁਖੀ ਸੁਖਸਾਰ ਬਾਹਰ ਫਿਰਦੇ ਆ ਨਾ ਆਪਣੀਆਂ ਉਹ ਪੱਤਰੀਆਂ ਬਣਵਾ ਰਹੇ ਆ ਆਪਣੇ ਵੇਸ ਜਾਣ ਰਹੇ ਆ ਬਈਆ ਅੰਦਰ ਤੇਰੇ ਪਤਰੀਆ ਆਪਣੀ ਪਤਰੀ ਆਪ ਬਣਾ ਤੇ ਦੇਖ ਤੇਰਾ ਭਵਿਸ਼ਾ ਤੇਰਾ ਸਾਰਾ ਕੁਝ ਜ਼ਿੰਦਗੀ ਦਾ ਜਿਹੜਾ ਅਗਲਾ ਵਿਕਾਸ ਹੈ ਮੈਂ ਜ਼ਿੰਦਗੀ ਦਾ ਵਿਕਾਸ ਕਿਹਾ ਉਹ ਤੇਰੇ ਅੰਦਰ ਹੈ ਤੇਰੀ ਪਤਰੀ ਉੱਥੇ ਦੇਖ ਤੂੰ ਤੇ ਮੈਂ ਪਹਿਲੇ ਲੈਕਚਰ ਵਿੱਚ ਜੋ ਮਨਵੇ ਮਤਵੇਜ ਰਤਨ ਜਵਾਰ ਮਾਨਿਕ ਅੱਗੇ ਕੀ ਹੈ ਜਾਂ ਗੁਰਕੀ ਲਾਈਫ ਸਕਿਲ ਤੁਹਾਨੂੰ ਕਿਹਾ ਵੀ ਗੁਰੂ ਦੀ ਜਿਹੜੀ ਤੁਹਾਡੇ ਅੰਦਰ ਸਭ ਕੁਝ ਹੈ ਰਤਨ ਵੀ ਜਵਾਰ ਵੀ ਮਾਨਕ ਵੀ ਪਤਾ ਨਹੀਂ ਲੱਗ ਰਿਹਾ ਉਹ ਪਤਾ ਲੱਗੇਗਾ ਜੇ ਗੁਰ ਕੀ ਇੱਕ ਸੁਣੀ ਉਹ ਲਾਈਫ ਸਕਿਲ ਨਾਲ ਤਾਂ ਇਹ ਅੱਜ ਦਾ ਸਾਡਾ ਵਿਸ਼ਾ ਹੈ ਇਹ ਵਿਸ਼ਾ ਆ ਬਾਵਨਾ ਮਲਿਕ ਜੀ ਕਰ ਰਹੇ ਨੇ ਆ ਗੁਰਮਤ ਕਾਲ aí ਨਾਲ ਸਾਲਾਂ 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 ਤੋਂ ਜੁੜੇ ਹੋਏ ਨੇ ਤੁਹਾਡੇ ਵਿੱਚੋਂ ਹੀ ਵਿੱਚ ਹੀ ਬੈਠ ਕੇ ਸਾਡੇ ਨਾਲ ਇਨਾ ਦੀ ਇੰਟਰੋਡਕਸ਼ਨ ਹੋਈ ਉਹ ਰਾਜੇ ਗੁਰਮਤ ਕਾਲਜ ਦਾ ਬੜਾ ਵੱਡਾ ਹਿੱਸਾ ਨੇ ਸਾਡੇ ਐਡਵਾਈਜ਼ਰ ਵੀ ਨੇ ਸਾਡੇ ਜੋ ਹੈ ਕੰਪੈਨੀਅਨ ਵੀ ਨੇ ਸਾਡੇ ਹਮ ਕਲਾਸ ਵੀ ਨੇ ਇੱਥੇ ਹੀ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਪਹਿਲੇ ਕਲਾਸਾਂ ਤੋਂ ਸਿੱਖਿਆ ਫਿਰ ਐਮਏ ਕੀਤੀ ਗੁਰੂ ਗ੍ਰੰਥ ਸਾਹਿਬ ਤੇ ਉਹ ਯੂਨੀਵਰਸਿਟੀ ਟੌਪ ਕੀਤੀ ਤੋਂ ਇਹ ਹੁਣ ਲੈਕਚਰਰ ਕਾਉਂਸਲਰ ਵੀ ਨੇ ਕੈਰੀਅਰ ਕਾਉਂਸਲਰ ਵੀ ਨੇ ਤਾਂ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਲਾਈਫ ਸਕਿਲਿੰਗ ਗੁਰੂ ਗ੍ਰੰਥ ਸਾਹਿਬ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ ਰਿਸਪੈਕਟਿਡ ਚੇਅਰਮੈਨ ਸਰ ਸਰਦਾਰ ਪ੍ਰਕਾਸ਼ ਸਿੰਘ ਜੀ ਔਰ ਇਸ ਹਾਲ ਵਿੱਚ ਮੌਜੂਦ ਸਭੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਜੂਦਾ ਸਮੇਂ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਆਸ-ਪਾਸ ਦੇ ਵਰਤਾਰੇ ਦੇ ਵਿੱਚ ਸਮਾਜ ਵਿੱਚ ਜਾਂ ਐਟ ਅ ਗਲੋਬਲ ਲੈਵਲ कुछ चीज़ा बहुत कॉमन ने साडे फोन कॉडलैस ने साड़ी कम्युनिकेशन लवलैस है साडा आर्ग्यूमेंट बेसलैस है साडे रिलेशनशिप मीनिंगलैस है साड़ी कुकिंग फायरलैस है इलैक्ट्रिक अस यूज कर लग गए खाना साडा फैटलैस है टेस्टलैस है मिठाइया साड़ियाँ शुगरलैस ने शुगर फ्री का कॉन्सैप्ट आ गया ਐਜੂਕੇਸ਼ਨ ਸਾਡੀ ਵੈਲਿਊਲੈਸ ਹੈ ਐਟੀਟਿਊਡ ਸਾਡਾ ਕੇਅਰਲੈਸ ਹੈ ਯੂਥ ਸਾਡੀ ਜੌਬਲੈਸ ਹੈ ਪੋਲਿਟਿਕਲ ਸਿਨੈਰੀਓ ਸ਼ੇਮਲੈਸ ਹੈ ਲਾਈਫ ਸਾਡੀ ਪਰਪਸਲੈਸ ਹੈ ਇੰਡੀਵਿਜੂਅਲਸ ਐਂਡ ਸੋਸਾਇਟੀਜ਼ ਗੋਡਲੈਸ ਹੈ ਔਰ ਫਿਊਚਰ ਸਾਡਾ ਹੋਪਲੈਸ ਹੈ ਜਿਸ ਟਾਈਮ ਮੈਂ ਗੋਡਲੈਸ ਦੀ ਗੱਲ ਕਰ ਰਹੀ ਹਾਂ ਤੇ ਮੈਂ ਉਹਨਾਂ ਟ੍ਰੈਡੀਸ਼ਨਸ ਨੂੰ ਰੈਫਰ ਨਹੀਂ ਕਰ ਰਹੀ ਜੋ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦੇ ਜਿਸ ਤਰ੍ਹਾਂ ਕਿ ਬੁੱਧਿਸਟ ਔਰ ਜੈਨਸ ਹੋ ਗਾਟ ਦੇ ਕਨਸੈਪਟ ਨੂੰ ਨਹੀਂ ਮੰਨਦੇ ਐਸੀਆਂ ਵੀ ਟ੍ਰੈਡੀਸ਼ਨਸ ਹਨ ਕਿ ਪਰਮਾਤਮਾ ਦੀ ਹੋਂਦ ਜਿਸ ਤਰ੍ਹਾਂ ਸਿੱਖ ਧਰਮ ਹੈ Hindu ਧਰਮ ਹੈ ਇਸਲਾਮ ਉਹ ਪਰਮਾਤਮਾ ਦੀ ਹੋਂਦ ਨੂੰ ਮੰਨਦੇ ਨੇ ਲੇਕਿਨ ਬਹੁਤ ਸਾਰੇ ਜਨਰੇਸ਼ਨ ਐਸੀ ਜਿਹੜੀ ਕਹਿੰਦੀ ਐ ਅਸੀਂ ਰਿਲੀਜੀਅਨ ਨੂੰ ਨਹੀਂ ਮੰਨਦੇ ਅਸੀਂ ਸਪਿਰਚੁਅਲਿਟੀ ਨੂੰ ਮੰਨਦੇ ਆ ਲੇਕਿਨ ਇੱਕ ਗੱਲ ਨੂੰ ਸਾਨੂੰ ਸਮਝਣਾ ਚਾਹੀਦਾ ਹੈ ਕਿ ਹਰ ਧਰਮ ਦਾ ਜਿਹੜਾ ਤੱਤ ਐ ਇਸੈਂਸ ਐ वो अध्यात्म है और हर जगह अध्यात्मिकता जोड़ा मूल है वो रिलिजन है सो रिलिजन विदाउट स्पिरिचुअलिटी नहीं हो सकता और स्पिरिचुअलिटी विदाउट रिलिजन नहीं हो सकता दूसरा गॉडलैस उन्हों भी मनोंगे जो परमात्मा वो गल सुनते भी ने। लेकिन वो दस्य रस्ते नहीं चलते तो वह भी गॉडलैस ही मने जाए जब साढ़े जीवन के आस पास इन्ने सारे लैस आ रहे हैं ਅਡਵਰਟਾਈਜ਼ਿੰਗ ਏਜੰਸੀ ਸਾਨੂੰ ਕਹਿੰਦੀ ਹੈ ਇਹ ਦਿਲ ਮੰਗੇ ਮੋਰ ਦੋ ਵਰਡਸ ਦੇ ਉੱਤੇ ਅਸੀਂ ਅਗਰ ਫੋਕਸ ਕਰੀਏ ਦਿਲ ਔਰ ਮੋਰ ਦਿਲ ਇਸ ਮਨ ਕਿ ਸਾਡਾ ਮਨੀ ਡਿਜ਼ਾਇਰ ਨੂੰ ਕ੍ਰੀਏਟ ਕਰੇਗਾ ਔਰ ਮੋਰ ਕੀ ਹੈ ਕਿ ਮਨ ਨੂੰ ਹੋਰ ਖੁਸ਼ੀ ਚਾਹੀਦੀ ਹੈ ਯੂਥ ਕਹਿੰਦੀ ਹੈ ਸਾਨੂੰ ਹੋਰ ਸਪਾਈਸ ਇਨ ਲਾਈਫ ਚਾਹੀਦਾ ਹੈ ਹੋਰ ਫਨ ਚਾਹੀਦਾ ਹੈ ਹੋਰ ਐਂਟਰਟੇਨਮੈਂਟ ਚਾਹੀਦਾ ਹੈ ਹੋਰ ਕਨੈਕਟੀਵਿਟੀ ਚਾਹੀਦੀ ਹੈ ਅਸੀਂ ਲੋਕ ਕਹਿੰਦੇ ਸਾਨੂੰ ਹੋਰ ਵੈਲਥ ਚਾਹੀਦੀ ਹੈ ਹੋਰ ਮਟੀਰੀਅਲਸ ਉਕ ਚਾਹੀਦੇ ਨੇ एक्सेस एंटरटेनमेंट साढ़े सामने है क्योंकि ट्वेंटी फोर इन टू सैवन चैनल्स ने साडे सामने और एक्सेस कनेक्टिविटी है चाहे वो फेसबुक है व्हाट्सएप है या दूसरे मैसेज हैं किसी भी कनेक्टिविटी कनैक्टिविटी के साधन नही कंडेम कर रहे बट मैं यूज असू कि रहे रिजल्ट निकलता वो सू समना देखना जरूरी है जदों बहुत ज़्यादा एंटरटेन ਅਲਾਈਨਮੈਂਟ ਹੋ ਗਿਆ ਬਹੁਤ ਜ਼ਿਆਦਾ ਕਨੈਕਟੀਵਿਟੀ ਦੇ ਸਾਧਨ ਹੋ ਗਏ ਤੇ ਕੀ ਆਰ ਵੀ ਰੀਅਲੀ ਕਨੈਕਟਡ ਅਸੀਂ ਪਰਿਵਾਰ ਨਾਲੋਂ ਟੁੱਟੇ ਅਸੀਂ ਸਮਾਜ ਨਾਲੋਂ ਟੁੱਟੇ ਔਰ ਅਸੀਂ ਖੁਦ ਨਾਲੋਂ ਵੀ ਟੁੱਟੇ ਕਿਉਂਕਿ ਜਿੰਨਾ ਲੋਨਲੀਨੈਸ ਸਾਡੇ ਅੰਦਰ ਆਇਆ ਹੋਇਆ ਜਿੰਨਾ ਡਿਪਰੈਸ਼ਨ ਆਇਆ ਹੋਇਆ ਉਹ ਸਾਰਾ ਇਹਨਾਂ ਚੀਜ਼ਾਂ ਤੋਂ ਆਇਆ ਕਿ ਮਸ਼ੀਨ ਦੇ ਵਿੱਚ ਅਸੀਂ ਆਪਣੇ ਕੰਟੈਕਟਸ ਨੂੰ ਯੂਸ ਉਹਦੇ ਵਿੱਚ ਫਿੱਟ ਕਰਕੇ ਸਾਡਾ ਜਿਹੜਾ ਪਰਿਵਾਰ ਹੈ ਉਹ ਫੋਨ ਦੇ ਵਿੱਚ ਤਬਦੀਲ ਹੋ ਗਿਆ ਇੱਕ ਕਨਸੈਪਟ ਸੀ WhatsApp WhatsApp ਮੈਂ ਐਪ ਦੀ ਗੱਲ ਨਹੀਂ ਕਰ ਰਹੀਆਂ ਜੋ ਅਸੀਂ ਡਾਊਨਲੋਡ ਕਰਦੇ ਹਾਂ WhatsApp ਕਿ ਅਸੀਂ ਫੋਨ ਤੇ ਕਿਸੇ ਨੂੰ ਪੁੱਛਦੇ ਹਾਂ WhatsApp ਕੀ ਚੱਲ ਰਿਹਾ ਹੈ ਕੀ ਹਾਲ ਚਾਲ ਹੈ ਅੱਜ ਕੱਲ ਤੁਸੀਂ ਕੀ ਕਰ ਰਹੇ ਹੋ ਸਲੋਲੀ ਐਂਡ ਗ੍ਰੈਜੂਅਲੀ WhatsApp ਨੈਕਸਟ ਜਨਰੇਸ਼ਨ ਆ ਗਈ ਇੱਕ ਅਮਰੀਕਾ ਦੇ ਵਿੱਚ ਸਾਈਕੋਲੋਜਿਸਟ ਦੀ ਟੀਮ ਨੇ ਇੱਕ ਰਿਸਰਚ ਕੀਤੀ ਹੈ ਜਿਹਦੇ ਚੋਂ ਕਹਿੰਦੇ ਹਨ ਕਿ WhatsApp ਨੈਕਸਟ ਦੀ ਜਿਹੜੀ ਜਨਰੇਸ਼ਨ ਹੈ ਉਹਦੇ ਸਿਰਫ ਯੰਗਰ ਜਨਰੇਸ਼ਨ ਟੀਨੇਜਰਸ ਨਹੀਂ ਹੈ ਉਹਦੇ ਵਿੱਚ ਮਿਡਲ ਲੇਜਰਡ ਔਰ ਬਜ਼ੁਰਗ ਵੀ ਸ਼ਾਮਿਲ ਹੈ ਉਹਦਾ ਸਿੱਧਾ ਐਗਜ਼ਾਮਪਲ ਸਾਡੇ ਸਾਹਮਣੇ ਆਂਦਾ ਕਿ ਅਸੀਂ ਵੀਡੀਓਜ਼ ਅਪਲੋਡ ਕਰਦੇ ਹਾਂ ਅਗਰ ਸਵੇਰੇ ਮੈਨੂੰ 6 ਗੁੱਡ ਮਾਰਨਿੰਗ ਦੇ ਮੈਸੇਜ ਆ ਜਾਂਦੇ ਔਰ ਅਗਲੇ ਦਿਨ ਨਹੀਂ ਆ ਰਹੇ ਤੇ ਮੈਂ ਸਿਗਨਲ ਚੈੱਕ ਕਰ ਰਹੀ ਹੁੰਦੀ ਆ ਕਿ ਕਿਤੇ ਸਿਗਨਲ ਤੇ ਨਹੀਂ ਡਾਊਨ ਮੇਰਾ ਨੋਟੀਫਿਕੇਸ਼ਨ ਤੇ ਨਹੀਂ ਸਾਇਲੈਂਟ ਫੋਨ ਤੇ ਨਹੀਂ ਬੰਦ ਹੋ ਗਿਆ ਮੈਨੂੰ ਉਹਦੀ ਗੁੱਡ ਮਾਰਨਿੰਗ ਦੇ ਮੈਸੇजेस ਦੀ ਜ਼ਿਆਦਾ ਚਿੰਤਾ ਹੈ ਉਸੀ ਤਰ੍ਹਾਂ ਵੀਡੀਓ ਸਾਡੇ ਕੋਲ ਆਉਂਦੇ ਰਹਿੰਦੇ ਨੇ ਇੱਕ ਤੋਂ ਬਾਅਦ ਇੱਕ ਇੱਕ ਵੀਡੀਓ ਨੂੰ ਅਸੀਂ ਦੇਖਿਆ ਡਿਲੀਟ ਦੋ ਤਿੰਨ ਡਿਲੀਟ ਕੀਤਾ ਉਸ ਤੋਂ ਬਾਅਦ ਅਸੀਂ ਵੇਟ ਕਰਦਾ ਕਿ ਹੋਰ ਕਿਹੜਾ ਵੀਡੀਓ ਸਾਨੂੰ ਆਏਗਾ ਸੋ ਐਕਸੈਸ ਔਫ ਐਂਟਰਟੇਨਮੈਂਟ ਤੋਂ ਵੀ ਅਸੀਂ ਬੋਰ ਹੋ ਗਏ ਆ ਔਰ ਜੋ ਵੀਡੀਓਜ਼ ਜੋ ਲੈਵਲ ਸਾਡੇ ਐਂਟਰਟੇਨਮੈਂਟ ਦਾ ਉਸ ਤਰੀਕੇ ਦਾ ਬਣ ਚੁੱਕਾ ਹੈ ਕਿ ਅਸੀਂ ਹਿਊਮਨ ਬੀਿੰਗ ਨਹੀਂ ਰਹਿ ਗਏ ਬਿਲਕੁਲ ਨੰਮ ਹੋ ਚੁੱਕੇ ਆ ਸਾਡਾ ਜੋ ਲੈਵਲ ਹੈ ਬੀਿੰਗ ਜਿੰਨੂੰ ਅਸੀਂ ਕਹਿੰਦੇ ਆ ਉਹ ਬਿਲਕੁਲ ਨੰਮ ਹੋ ਚੁੱਕਾ ਹੈ ਰੀਸੈਂਟਲੀ ਕੁਝ ਸਾਲਾਂ ਤੋਂ ਅਸੀਂ ਦੇਖਦੇ ਹਾਂ ਕਿ ਟੈਰਰਰਿਜ਼ਮ ਦੇ ਵੀਡੀਓਜ਼ ਅਪਲੋਡ ਹੁੰਦੇ ਨੇ ਔਰ ਲੋਕ ਉਹਨਾਂ ਨੂੰ ਸ਼ੇਅਰ ਕਰਦੇ ਨੇ ਉਹ ਅਸੀਂ ਦੇਖਦੇ ਹਾਂ ਜਿਹਦੇ ਵਿੱਚ ਉਹ ਮਾਰ ਰਹੇ ਨੇ ਮਰਡਰਸ ਕਰ ਰਹੇ ਨੇ ਫਿਰ ਅਸੀਂ ਮੋਲੇਸਟੇਸ਼ਨ ਦੇ ਵੀਡੀਓਜ਼ ਵੀ ਦੇਖ ਲਾਣੇ ਆ ਉਸ ਤੋਂ ਬਾਅਦ ਸੜਕ ਤੇ ਐਕਸੀਡੈਂਟ ਹੁੰਦਾ ਉਹ ਵੀ ਔਰ ਲਾਸਟ ইয়ার ਜਦੋਂ ਉੱਤਰਾਖੰਡ ਦੇ ਵਿੱਚ ਬਾੜ ਆਈ ਸੀ ਉਹਦੇ ਵੀਡੀਓਜ਼ ਆਸੇ ਸਨ ਕਿ ਸੈਲਫੀਸ ਲੈ ਰਹੇ ਕਾਲਜ ਸਟੂਡੈਂਟਸ ਔਰ ਪਾਣੀ ਦਾ ਭਾਵ ਆਇਆ ਕਿ ਉਹ ਪਾਣੀ ਡੁੱਬ ਗਏ ਔਰ ਜਿਹੜੇ ਲੋਕ ਉੱਥੇ ਖੜੇ ਹੋ ਨ ਇਨਸਟਾਗ੍ਰਾਮ ਕੀ ਉਹ ਦੌੜਨ ਉਹਨਾਂ ਨੂੰ ਬਚਾਉਣ ਵਾਸਤੇ ਉਹਨਾਂ ਦਾ ਵੀਡੀਓ ਸ਼ੂਟ ਕਰ ਰਹੇ ਕਿਉਂ ਕਿ ਕਿੰਨੀ ਦੂਰ ਤੱਕ ਡੁੱਬੇ ਕਿੰਨੀ ਦੂਰ ਚ ਉਹਨਾਂ ਦਾ ਹੱਥ ਦਿਖਣਾ ਬੰਦ ਹੋ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਉਹ ਵੀਡੀਓਜ਼ ਸ਼ੇਅਰ ਕੀਤੇ ਔਰ ਜਿਸ ਹਿਸਾਬ ਨਾਲ ਅਸੀਂ ਦੇਖ ਰਹੇ ਹਾਂ ਨਾ ਚੀਜ਼ਾਂ ਨੂੰ ਵਿਦਾਊਟ ਰਿਅਲਾਈਜ਼ਿੰਗ ਉਹ ਟਾਈਮ ਵੀ ਦੂਰ ਨਹੀਂ ਜਦੋਂ ਰੇਪ ਫਾਂਸੀ ਹੈ ਵੀ ਅਸੀਂ ਆਪਣੇ ਵੀਡੀਓਸ ਤੇ ਸ਼ੇਅਰ ਵੀ ਕਰਾਂਗੇ ਔਰ ਦੇਖਿਆ ਕਰਾਂਗੇ ਅਸੀਂ ਆਮ ਤੌਰ ਤੇ ਸੁੱਖ ਵਰਡ ਯੂਜ਼ ਕਰਦੇ ਹਾਂ ਕਿ ਸਾਨੂੰ ਸੁੱਖ ਚਾਹੀਦਾ ਸਾਡੇ ਐਲਡਰਸ ਵੀ ਸਾਨੂੰ ਆਸ਼ੀਰਵਾਦ ਦਿੰਦੇ ਨੇ ਕਿ ਤੁਸੀਂ ਸੁਖੀ ਰਹੋ ਲੇਕਿਨ ਉਹ ਸੁੱਖ ਦੀ ਪਰਿਭਾਸ਼ਾ ਸਾਡੇ ਸਾਹਮਣੇ ਆ ਕਿ ਸਾਨੂੰ ਪੈਸਾ ਹੋਣਾ ਚਾਹੀਦਾ ਹੈ ਕਾਰ ਹੋਣਾ ਚਾਹੀਦਾ ਹੈ ਸਮਾਨ ਹੋਣਾ ਚਾਹੀਦਾ ਸਭ ਕੁਝ ਹੋਣਾ ਚਾਹੀਦਾ ਆਮ ਨਾਟ ਕੰਡਮਿੰਗ ਥੈਟ ਲੇਕਿਨ ਇਹ ਸੁੱਖ ਨਹੀਂ ਹੈ ਇਹ ਫਿਜ਼ੀਕਲ ਕੰਫਰਟ ਹੈ ਅਸੀਂ ਫਿਜ਼ੀਕਲੀ ਕੰਫਰਟੇਬਲ ਹੋ ਸਕਦੇ ਹਾਂ ਮੇਰੇ ਕੋਲ ਗਰਮੀ ਸਰਦੀ ਦੂਰ ਕਰਨ ਦੇ ਸਾਧਨ ਹਨ ਉਹਦੇ 'ਚ ਮੈਂ ਕੰਫਰਟੇਬਲ ਹੋ ਸਕਨੀ ਆ ਲੇਕਿਨ ਮੇਰਾ ਮਾਈਂਡ ਜ਼ਰੂਰੀ ਨਹੀਂ ਹੈ ਕਿ ਕੰਫਰਟੇਬਲ ਹੋਏ ਹੋ ਸਕਦਾ ਮੈਂ ਡਿਸਕੰਫਰਟ ਅ ਚੋਵਾਂ ਮੈਂਟਲੀ ਅਗਰ ਮੈਂ ਠੀਕ ਨਹੀਂ ਆ ਔਰ ਖੁਸ਼ ਨਹੀਂ ਆ ਤੇ ਕੋਈ ਵੀ ਬਾਹਰੀ ਚੀਜ਼ ਮੈਨੂੰ ਖੁਸ਼ ਨਹੀਂ ਰੱਖ ਸਕੇਗੀ ਅਸੀਂ ਸਾਰੇ ਲੋਕ ਇੱਕ ਲਾਈਫਸਟਾਈਲ ਜੀ ਰਹੇ ਆ ਲਾਈਫ ਨਹੀਂ ਜੀ ਰਹੇ ਔਰ ਇੱਕ ਸਕਾਲਰ ਕਹਿੰਦੇ ਨੇ ਇਟ ਇਜ਼ ਵੈਰੀ ਈਜ਼ੀ ਟੂ ਚੇਂਜ ਅ ਲਾਈਫਸਟਾਈਲ ਬਟ ਇਟ ਇਜ਼ ਡਿਫਿਕਲਟ ਟੂ ਚੇਂਜ ਲਾਈਫ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਸੁੱਖ ਕਿਹੜਾ ਹੈ ਉਹ ਕਿਸ ਤਰ੍ਹਾਂ ਮਿਲੇਗਾ ਪੂਰੀ ਪਰਿਭਾਸ਼ਾ ਜੋ ਲਾਈਫ ਸਕਿੱਲ ਸਰ ਨੇ ਵੀ ਜ਼ਿਕਰ ਕੀਤਾ ਉਹ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਮਿਲਦਾ ਹੈ ਜੋ ਚੀਜ਼ ਅਸੀਂ ਬਾਹਰ ਲੱਭ ਰਿਆਂ ਵਰਕਸ਼ਾਪਸ ਲੱਭ ਰਿਆਂ ਪ੍ਰੋਬਲਮ ਹੈ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸੁਵੇਛ ਹਲੇ ਨਹੀਂ ਦੇਖਿਆ ਕਿ ਸ਼ਾਇਦ ਸਾਡੀ ਕਰੰਟ ਪ੍ਰੋਬਲਮ ਦਾ ਸੋਲੂਸ਼ਨ ਜਾਂ ਸਾਡੀ ਕਨੈਕਟੀਵਿਟੀ ਹਰ ਚੀਜ਼ ਸਾਨੂੰ ਸਾਡੇ ਸਕ੍ਰਿਪਚਰ ਦੇ ਵਿੱਚ ਮਿਲ ਸਕਦੀ ਹੈ ਅਸੀਂ ਸੁੱਖ ਦੇਖਿਆ ਮਟੀਰੀਅਲ ਚੀਜ਼ਾਂ ਦੇ ਵਿੱਚ ਪੈਸੇ ਦੇ ਵਿੱਚ ਐਂਟਰਟੇਨਮੈਂਟ ਦੇ ਵਿੱਚ ਕਿਸੀ ਕਨੈਕਟਡ ਰਹੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਸੇਜ਼ ਸੁਖ ਨਹੀਂ ਬਹੁਤਾ ਧਨ ਖਾਟੇ ਸੁਖ ਨਹੀਂ ਪੇਖੇ ਨਿਤ ਨਾਟੇ 500 550 ਸਾਲ ਪਹਿਲੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਇਹ ਨਾ ਚੀਜ਼ਾਂ ਦੇ ਵਿੱਚ ਸੁਖ ਨਹੀਂ ਹੈ ਪਰ ਸੁਖ ਕੀ ਹੈ ਸੋ ਸੁਖ ਮੋਕੋ ਸੰਤ ਬਤਾਵੋ ਤ੍ਰਿਸ਼ਨਾ ਬੂਝੈ ਮਨ ਤ੍ਰਿਪਤਾਵੰ ਇੱਥੇ ਵੀ ਤ੍ਰਿਸ਼ਨਾ ਡਿਜ਼ਾਇਰ ਹੈ ਔਰ ਮਨ ਦੀ ਗੱਲ ਜੋ ਪਹਿਲੇ ਇਹ ਦਿਲ ਮੰਗੇ ਮੋੜ ਦੀ ਗੱਲ ਉਹ ਤ੍ਰਿਸ਼ਨਾ ਕੀ ਹੈ ਉਹਨੂੰ ਡਿਫਾਈਨ ਨਹੀਂ ਕਰ ਸਕਦੇ ਕਿਉਂਕਿ ਡੇਲੀ ਮੇਰੀ ਤ੍ਰਿਸ਼ਨਾ ਵਧੇਗੀ ਇੱਕ ਨਾ ਇੱਕ ਚੀਜ਼ ਦੀ ਡਿਜ਼ਾਇਰ ਔਰ ਡੇਲੀ ਵੀ ਨਹੀਂ ਹੁਣ ਤਾਂ ਕੁਝ ਕੁਝ ਘੰਟਿਆਂ ਬਾਅਦ ਹੀ ਮੈਨੂੰ ਨਵੀਂ ਚੀਜ਼ ਚਾਹੀਦੀ ਹੈ ਤਿਸਨਾ ਅਗਨ ਜਲੇ ਸੰਸਾਰਾ ਮਤਲਬ ਇੱਕ ਗਲੋਬਲ ਪ੍ਰਸਪੈਕਟਿਵ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਕਿ ਪੂਰਾ ਸੰਸਾਰ त्रिष्णा और अगन की है क्योंकि जी त्रिष्णा है साड़ी किसी को चीज़ है मेरे को नहीं है। वो मेरे अंदर ईरखा पैदा करेगी और ईरखा के असं कहने आयम बर्निंग विद जेलसी आई एम बर्निंग विद डिजायर डिजायर होंगे किस तरह है साढ़े अंदर कुछ साल पहले असी कहते एडवरटाइजिंग इंडस्ट्री ने डिजायरस क्रिएट कितोरेट वर्ल्ड ने डिज़ायर्स क्रिएट कितिया एक बच्चे भी एडवरटाइजिंग इंडस्ट्री ने कंज्यूमर दे विच तब्दील किता अगर असी एड्स देखिए तो उन बच्चे अपनी पसंद की चीज़ ला रहे टॉय लाना उन्होंने की चीज़ खरीदनी है कि कपड़ा दे हैव चॉइस उन्होंने अपनी एक ओपीनियन है जोड़ी मैटर करती है लेकिन एक टूथबेस्ट या एक साबुन जी चीज़ा के उत्तर मेरी खुशी निर्भर करवाई ਐਡਵਰਟਾਈਜ਼ਿੰਗ ਇੰਡਸਟਰੀ ਨੇ ਅਸੀਂ ਐਡਸ ਦੇਖਦੇ ਹਾਂ ਕਿ ਇੱਕ ਫੈਮਿਲੀ ਬੜੀ ਖੁਸ਼ ਹੈ ਕਿਉਂਕਿ ਉਹ ਇੱਕ ਪਾਰਟਿਕੂਲਰ ਟੁੱਥਪੇਸ ਯੂਜ਼ ਕਰ ਰਹੀ ਹੈ ਇੱਕ ਫੈਮਿਲੀ ਬੜੀ ਉਦਾਸ ਬੈਠੀ ਕਿਉਂਕਿ ਉਹਨਾਂ ਕੋਲ ਉਹ ਟੁੱਥਪੇਸ ਨਹੀਂ ਹੈ ਤੋਂ ਹੁਣ ਕੀ ਕਨਸੈਪਟ ਆ ਗਿਆ ਕਿ ਕਿਸੇ ਦੇ ਕੋਲ ਅਗਰ ਮੇਰੀ ਕਿਸੇ ਫਰੈਂਡ ਕੋਲ ਉਹ ਚੀਜ਼ ਹੈ ਜਾਂ ਮੇਰੇ ਸਿਬਲਿੰਗ ਕੋਲ ਵੀ ਉਹ ਚੀਜ਼ ਹੈ ਔਰ ਮੇਰੇ ਕੋਲ ਨਹੀਂ ਹੈ ਤੇ ਤੁਹਾਡੇ ਕੋਲ ਉਸ ਚੀਜ਼ ਦਾ ਹੋਣਾ ਮੇਰੀ ਨੀਡ ਕ੍ਰੀਏਟ ਕਰ ਰਿਹਾ ਹੈ ਡੇਲੀ ਬੇਸਿਸ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਅਮਾਜ਼ਨ ਤੋਂ ਐਡਸ ਆ ਜਾਂਦੀਆਂ ਨੇ ਸਾਡੇ ਕੋਲ 70% ਆਫ 80% ਆਫ ਔਰ ਅਸੀਂ ਖਰੀਦਦੇ ਹਾਂ ਔਰ ਰਜਿਸਟਰ ਵਿੱਚ ਅਸੀਂ ਖਰੀਦਦੇ ਹਾਂ ਸਾਨੂੰ ਲੱਗਦਾ ਕਿ ਇਹ ਤੇ 300 ਦੀ ਚੀਜ਼ ਮਿਲ ਰਹੀ ਹੈ ਇਹ ਹੈ ਤੇ 600 ਦੀ ਬਟ 50% ਆਫ ਇਥੇ ਲੈ ਲੋ ਸਾਡਾ ਡਿਪਰੈਸ਼ਨ ਉਦੋਂ ਬੰਦਾ बिकॉज ਵੀ ਐਂਡ ਅਪ ਬਾਇੰਗ ਦ ਥਿੰਗਸ ਵੀ ਡੋਨਟ ਨੀਡ ਔਰ ਜਦੋਂ ਸਾਨੂੰ ਕੋਈ ਦੂਸਰਾ ਕਹਿੰਦਾ ਮੈਂ ਤੇ ਫਲਿੱਪਕਾਰਟ ਤੋਂ 200 ਦੀ ਲੈ ਲੇਤੀ ਹਾਂ ਤੁਸੀਂ ਸੋ ਫਾਲਤੂ ਲੈ ਲਿੱਤਾ ਸੋ ਸਾਹਮਣੇ ਵਾਲਾ ਬੰਦਾ ਅਫੋਰਡ ਕਰ ਸਕਦਾ ਹੈ ਉਹ ਚੇਂਜ ਕਰ ਸਕਦਾ ਡੇਲੀ ਬੇਸਿਸ ਦੇ ਉੱਤੇ ਨਵਾਂ ਸਮਾਨ ਲੈਣਾ ਮੈਂ ਨਹੀਂ ਅਫੋਰਡ ਕਰ ਸਕਦੀ ਤੇ ਮੇਰੇ ਅੰਦਰ ਦੋਸਤੀ ਦੇ ਵਿੱਚ ਦਰਾਰ ਪੈਦਾ ਹੋਏਗੀ ਕਿਉਂਕਿ ਮੇਰੀ ਦੋਸਤੀ ਈਰਖਾਸ਼ ਤਬਦੀਲ ਹੋਏਗੀ ਔਰ ਈਰਖਾ ਉਸ ਤੋਂ ਬਾਅਦ ਸਾਡੀ ਜਿਹੜੀ ਕੰਪੀਟੀਸ਼ਨ ਦੇ ਵਿੱਚ ਤਬਦੀਲ ਹੋਏਗੀ ਇਸੇ ਕਰਕੇ ਸਾਡੇ ਸਾਰੇ ਰਿਲੇਸ਼ਨਸ਼ਿਪ ਚਾਹੇ ਉਹ ਬ੍ਰਦਰ ਸਿਸਟਰਸ ਐਂਡ ਪੈਰੈਂਟ ਚਾਈਲਡ ਦੇ ਉਹਨਾਂ ਦੇ ਵਿੱਚ ਇਹੀ ਪ੍ਰੋਬਲਮ ਅਸੀਂ ਫੇਸ ਕਰ ਰਹੇ ਹਾਂ ਜਿੰਨੇ ਵੀ ਸਾਡੇ ਕਨੈਕਟੀਵਿਟੀ ਦੇ ਸਾਧਨਨ ਜਿੰਨੀ ਵੀ ਟੈਕਨੀਕਲ ਰੈਵੋਲੂਸ਼ਨ ਅਗਰ ਮੈਂ ਟਰਮ ਯੂਜ਼ ਕਰਾਂ ਉਹ ਇਸ ਵਾਸਤੇ ਹੋਈ ਹੈ ਕਿ ਸਾਡੀ ਕੁਆਲਿਟੀ ਆਫ ਲਾਈਫ ਬਦਲੇ ਸਾਨੂੰ ਬੈਟਰ ਲਾਈਫ ਮਿਲੇ ਬੈਟਰ ਲਾਈਫ ਸਟਾਈਲ ਮਿਲੇ ਲੇਕਿਨ ਕੀ ਆਸੀਂ ਸਾਰੇ ਕਹਿ ਸਕਦੇ ਹਾਂ ਕਿ ਸਾਡੀ ਕੁਆਲਿਟੀ ਆਫ ਲਾਈਫ ਇੰਪਰੂਵ ਹੋਈ ਹੈ ਇੱਕ ਜਗ੍ਹਾ ਮੈਂ ਕੋਟ ਪੜਿਆ ਸੀ जिते बहुत वेल ड्रेस्ड उन्होंने मेल फीमेल्स बनाए सन कि दे आर वर्किंग uh, प्रोफेशनल और फैट पेचेक सन लेकिन नीचे लिखे हुआ से वैल बट स्ट्रेस्ड एंड डिप्रेस्ड एंड गुरु ग्रंथ साहब से बड़े बड़े जो दीसे लोग तिन्हें व्यापे चिंता रोग क्यों टेक्निकल एडवांसमेंट क्वालिटी ऑफ लाइफ बैटर नहीं हुई टेक्निकल रेवोल्यूशन नाल एक स्पिरिचुअल रेवोल्यूशन द जरूरत सी, जो सानू गुरु ग्रंथ साहब चु मिलती है कई बार असं सोचने कि शायद सिर्फ स्पिरिचुअलिटी वैल्यू सिस्टम फॉलो करना लाइफ ज़्यादा पैसा नहीं कमाना, स्पिरिचुअलिटी है लेड बैक एटीट्यूड नहीं है कंटेंटमेंट डज मीन कि तुसे काम नहीं करना या अर्न नहीं करना स्पिरिचुअल रेवोल्यूशन ਇਨਰ ਰੈਜ਼ੋਲਿਊਸ਼ਨ ਦੇ ਉੱਤੇ ਬੇਸਡ ਹੈ ਕਿ ਅਸੀਂ ਇੱਕ ਵਾਅਦਾ ਕਰੀਏ ਰੈਜ਼ੋਲਿਊਸ਼ਨ ਕਰੀਏ ਕਿ ਅਸੀਂ ਇੰਪਰੂਵ ਅਪਨ ਕਰਨਾ ਹੈ ਜੋ ਕਿ ਇਨਰ ਇਨਰਚਮੈਂਟ ਦੇ ਉੱਪਰ ਜਿਸ ਤਰ੍ਹਾਂ ਸਰ ਨੇ ਇਨਰ ਗ੍ਰੋਥ ਦੀ ਗੱਲ ਕੀਤੀ ਹੈ ਸੋ ਸਾਡੀ ਇਨਰ ਗ੍ਰੋਥ ਸਪਿਰਚੁਅਲ ਰੈਵੋਲਿਊਸ਼ਨ ਸਾਡੀ ਟੈਕਨੀਕਲ ਰੈਵੋਲਿਊਸ਼ਨ ਨੂੰ ਗਾਈਡ ਕਰੇ ਤਾਂ ਅਸੀਂ ਇਕਵੈਲਟੀ ਆਫ ਲਾਈਫ ਸਮਝ ਸਕਦੇ ਹਾਂ ਕਿ ਸਾਡੇ ਜੀਵਨ ਦੇ ਵਿੱਚ ਆਏਗੀ ਉਹਨੇ ਕੁਐਸਚਨ ਸਾਡੇ ਸਾਹਮਣੇ ਉੱਠਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਹੀ ਲਾਈਫ ਸਕਿੱਲ ਕਿਉਂ ਲੈ ਰਹੇ ਹਾਂ ਐਸਾ ਤਾਂ ਨਹੀਂ ਕਿ ਇਹ ਕੋਰਸ ਗੁਰੂ ਗ੍ਰੰਥ ਸਾਹਿਬ ਦਾ ਇਸ ਕਰਕੇ ਲੈ ਰਹੇ ਹਾਂ ਲਾਈਫ ਸਕਿੱਲ ਤੁਸੀਂ ਕਿਸੇ ਵੀ ਸਕ੍ਰਿਪਚਰ ਨੂੰ ਮੰਨਦੇ ਹੋ ਹਰ ਸਕ੍ਰਿਪਚਰ ਮੈਨੂਅਲ ਆਫ ਡੂਜ਼ ਐਂਡ ਡੋਂਟਸ ਹੈ ਮੈਨੂਅਲ ਆਫ ਲਾਈਫ ਹੈ ਇਟ ਮੇਕਸ ਯੂ ਫਰਮ ਮੈਨ ਟੂਵਰਡਸ ਮੈਂਕਾਇੰਡ ਇੱਕ ਨੇਚਰ ਤੋਂ ਸਿਵਲਾਈਜ਼ੇਸ਼ਨ ਵੱਲ ਸਾਡੇ ਸਕ੍ਰਿਪਚਰ ਸਾਨੂੰ ਲੈ ਕੇ ਜਾਂਦੇ ਨੇ ਅਸੀਂ ਪ੍ਰੋਬਲਮ ਜਾਣ ਰਹੇ ਹਾਂ ਔਰ ਸਾਨੂੰ ਸੋਲੂਸ਼ਨ ਚਾਹੀਦਾ ਹੈ दैट इज ਵਾਈ ਅਸੀਂ ਕਿਸੇ ਦੇ ਕੋਲ ਜਾਂਦੇ ਹਾਂ ਜਾਂ ਕਿਸੇ ਕੋਲ ਡਿਸਕਸ਼ਨ ਵਾਸਤੇ ਜਾਂਦੇ ਹਾਂ ਅਸੀਂ ਉਸੇ ਡਾਕਟਰ ਕੋਲ ਜਾਂਦੇ ਹਾਂ ਜਿਹੜਾ ਸਾਡਾ ਬਿਮਾਰੀ ਵੀ ਦੱਸੇ ਔਰ ਫਿਰ ਸਾਡਾ ਇਲਾਜ ਵੀ ਕਰੇ ਰੋਗ दारू ਦੋਵੇਂ ਬੁਝੇ ਤਾਂ ਵੈਦ ਸੁਜਾਨ ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਪ੍ਰੋਬਲਮ ਦੀ ਵੀ ਸਾਡੀ ਗੱਲ ਕਰ ਰਹੇ ਨੇ ਕਿ ਅਸੀਂ ਕਿੱਥੇ ਫਸੇ ਹੋਏ ਹਾਂ ਔਰ ਨਾਲ ਹੀ ਉਹ ਸਾਨੂੰ ਸੋਲੂਸ਼ਨ ਵੀ ਦਿੰਦੇ ਨੇ ਸੋ ਪ੍ਰੋਬਲਮ ਕੀ ਹੈ ਜਿਸ ਤਰ੍ਹਾਂ ਸਰ ਨੇ ਪੇੜ ਦਾ ਜ਼ਿਕਰ ਕੀਤਾ ਕਿ ਜਿਹੜੀ ਰੂਟ ਹੈ ਉਹਦੇ ਵਿੱਚ ਹੀ ਲਾਈਵ ਸਕਿੱਲ ਹੈ ਅਗਰ ਅਸੀਂ ਕਿਸੇ ਵੀ ਪੇੜ ਨੂੰ ਜੜ ਤੋਂ ਕੱਟ ਦਿੰਨੇ ਆ ਤੇ ਉਹਦੇ ਪੱਤੇ ਫੁੱਲ ਡਾਲੀਆਂ ਸਭ ਸੁੱਕ ਜਾਣ ਗਿਆ ਪੇੜ ਮਨਾਹੋ ਕਟਿਆ ਤਿਸ ਡਾਲ ਸੁਕੰਦੇ ਉਸੇ ਤਰ੍ਹਾਂ ਅਸੀਂ ਆਪਣੇ ਰੂਟ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਅਧਿਆਤਮਿਕਤਾ ਤੋਂ ਇਨਰ ਡਿਵਿਨਿਟੀ ਤੋਂ ਅਸੀਂ ਟੁੱਟੇ ਹੋਏ ਆ ਦੂਰ ਹੋ ਚੁੱਕੇ ਆ ਜਿਹਦੀ ਵਜ੍ਹਾ ਦੇ ਨਾਲ ਸਾਨੂੰ ਡਿਪਰੈਸ਼ਨ ਹੈ ਜਾਂ ਮੋਟੀਵੇਸ਼ਨ ਨਹੀਂ ਹੈ ਮੇਰੇ ਕੋਲ ਰੀਸੈਂਟਲੀ ਇੱਕ मेरी फ्रेंड आई जो कि कॉर्पोरेट वर्ल्ड में जॉब करती है शीज़ जस्ट ट्वेंटी एट लेकिन बहुत अच्छा पैकेज है उदा और बहुत सीनियर पोजिशनते है शी सेड मेरा पैकेज बहुत अच्छा है मेरे कोई कमी नहीं है कारज कोई प्रॉब्लम नहीं है लेकिन मैंने कोई खुशी नहीं है मैंने लगता समथिंग इज़ मिसिंग क्योंकि जिंदगी गोल ओरिएंटेड बनाती है सी ਪਰਪਸ ਹੈ ਹੀ ਨਹੀਂ ਸਾਡੇ ਜੀਵਨ ਦਾ देयर इज अ डिफरेंस बिटवीन ਗੋਲ ਐਂਡ ਪਰਪਸ ਗੋਲ ਦੇ ਵਿੱਚ ਤੁਸੀਂ ਮਟੀਰੀਅਲਿਜ਼ਮ ਲਾਉਗੇ ਪਰਫਾਰਮੈਂਸ ਬੇਸਡ ਹੈ ਕਿ ਤੁਸੀਂ ਮੈਨੇਜਰ ਬਣ ਜਾਓਗੇ ਸੀਨੀਅਰ ਮੈਨੇਜਰ ਬਣ ਜਾਓਗੇ ਲੇਕਿਨ ਜਦੋਂ ਤੁਸੀਂ ਪਰਪਸ ਦੇਖਦੇ ਹੋ मीनिंग ਐਡ ਕਰਦੇ ਹੋ ਜ਼ਿੰਦਗੀ ਦੇ ਵਿੱਚ ਤੇ ਉਹਦੇ ਵਿੱਚ ਸੋਸਾਇਟੀ 휴ਮੈਨਿਟੀ ਫੈਮਿਲੀ ਐਸਾਰੇ ਲੋਕ ਸ਼ਾਮਿਲ ਹੁੰਦੇ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਗਤ ਦਾ ਕਨਸੈਪਟ ਸਾਡੇ ਸਾਹਮਣੇ ਆਉਂਦਾ ਸਾਈਕੋਲੋਜੀ ਐਜ਼ ਅ ਸਬਜੈਕਟ ਕੁਝ ਸਾਲਾਂ ਤੋਂ ਬਹੁਤ ਪਪੂਲਰ ਹੈ ਬਹੁਤ ਡਿਮਾਂਡ ਹੈ ਜੋ ਵੀ 12 ਤੋਂ ਬਾਅਦ ਆਉਂਦਾ ਸਾਰੇ ਕਹਿੰਦੇ ਨੇ ਅਸੀਂ ਆਨਰਸ ਇਨ ਸਾਈਕੋਲੋਜੀ ਕਰਨੀ ਹੈ ਸੋ ਇਸ ਕਰਕੇ ਉਸ ਸਬਜੈਕਟ ਦੀ ਪਰਸੈਂਟੇਜ ਬਹੁਤ ਉੱਤੇ ਚਲੀ ਗਈ ਸਾਈਕੋਲੋਜੀ ਪਹਿਲੇ ਸਿਰਫ ਸਾਈਕੋਲੋਜੀ ਸਟਰੀਮ ਸੀ ਥੈਨ ਉਸ ਤੋਂ ਬਾਅਦ ਉਹਦੇ ਵਿੱਚ ਅਪਲਾਈਡ ਸਾਈਕੋਲੋਜੀ ਆਏ ਜਿੰਨੂੰ ਕਿ ਅਸੀਂ ਲਾਈਫ ਦੇ ਵਿੱਚ ਯੂਜ਼ ਕਰ ਸਕੀਏ ਉਸ ਤੋਂ ਬਾਅਦ 10-12 ਸਾਲਾਂ ਦੇ ਵਿੱਚ ਸਾਈਕੋਲੋਜੀ ਐਜ਼ ਅ ਸਬਜੈਕਟ ਦੇ ਵਿੱਚ ਵੇਰੀਅਸ ਸਟ੍ਰੀਮਸ ਆਈਆਂ ਜਿਹਦੇ ਵਿੱਚ ਪੋਜ਼ਿਟਿਵ ਸਾਈਕੋਲੋਜੀ ਹੈ ਜੋ ਕਿ ਮਾਰਟਿਨ ਸੈਲਿਗਮਨ ਨੇ ਦਿੱਤੀ ਹੈਲਥ ਸਾਈਕੋਲੋਜੀ ਵੈਲਨੈਸ ਸਾਈਕੋਲੋਜੀ ਸੋਸ਼ਲ ਸਾਈਕੋਲੋਜੀ ਜਿੰਨੀ ਸਾਈਕੋਲੋਜੀ ਦੀ ਸਟ੍ਰੀਮਸ ਆਈਆਂ ਉੰਨੀ ਸਕਿਲਸ ਦੀ ਜ਼ਰੂਰਤ ਸਾਨੂੰ ਪੈ ਗਈ ਹੈਲਥ ਸਕਿਲ ਸੋਸ਼ਲ ਸਕਿਲ ਵੈਲਨੈਸ ਸਕਿਲ ਔਰ ਹੁਣ ਸਾਡੇ ਸਾਹਮਣੇ ਵੈਲਨੈਸ ਐਕਸਪਰਟਸ ਆ ਗਏ ਐ ਪ੍ਰੋਫੈਸ਼ਨਸ ਡਵੈਲਪ ਹੋ ਗਏ ਤੁਸੀਂ ਜਿਸ ਫਿਲੋਸਫੀ ਦੀ ব্রাঞ্চ ਸਪੈਸ਼ਲਾਈਜ਼ ਕਰ ਲੋਗੇ ਤੁਸੀਂ ਉਹਦੇ ਵਿੱਚ ਜਾ ਕੇ ਕੰਮ ਕਰਦੇ ਹੋ ਹੁਣ ਹਸਪੀਟਲਸ ਦੇ ਵਿੱਚ ਵੀ ਅਗਰ ਕੋਈ ਸਾਈਕੀਟ੍ਰਿਸਟ ਹੈ ਤੇ ਉਹਦੇ ਨਾਲ ਸਾਈਕੋਲੋਜਿਸਟਿਕ ਜ਼ਰੂਰ ਕੰਮ ਕਰ ਰਿਹਾ ਹੈ ਇਕੱਲੇ ਸਾਈਕੀਟ੍ਰਿਸਟ ਹੁਣ ਨਹੀਂ ਕੰਮ ਕਰ ਰਹੇ ਉਹਨਾਂ ਦੇ ਨਾਲ ਸਾਈਕੋਲੋਜਿਸ ਉਹਦਾ ਰੀਜ਼ਨ ਹੈ ਕਿਉਂਕਿ ਪ੍ਰੈਜ਼ੈਂਟਲੀ ਵੀ ਔਰ ਆਨ ਵਾਲੇ ਟਾਈਮ ਦੇ ਵਿੱਚ ਵੀ ਹਰ ਕਾਰ ਦੇ ਵਿੱਚ ਇੱਕ ਡਿਪਰੈਸ਼ਨ ਦਾ ਪੇਸ਼ੈਂਟ ਜ਼ਰੂਰ ਹੋਏਗਾ ਜਿਸ ਤਰ੍ਹਾਂ ਦਾ ਵੀ ਲਾਈਫ ਸਟਾਈਲ ਅਸੀਂ ਜੀ ਰਹੇ ਹਾਂ ਔਰ ਜਿਸ ਤਰ੍ਹਾਂ ਚੇਂਜਸ ਬਾਹਰ ਹੋ ਰਹੇ ਨੇ ਜਿੰਨਾ ਸਾਡਾ ਫੈਮਿਲੀ ਐਜ਼ ਐਨ ਇੰਸਟੀਟਿਊਸ਼ਨ ਟੁੱਟ ਰਿਹਾ ਉਨਾ ਹੀ ਡਿਪਰੈਸ਼ਨ ਔਰ ਐ ਐਗਰੈਸ਼ਨ ਐਂਗਰ ਐ ਸਾਰੀ ਚੀਜ਼ਾਂ ਵਧਨ ਗਿਆ ਪੋਜ਼ਿਟਿਵ ਸਾਈਕੋਲੋਜੀ ਦੀ ਜ਼ਰੂਰਤ ਇਸ ਕਰਕੇ ਪਈ ਕਿ ਜਿਹੜਾ ਸਾਈਕੋਲੋਜਿਸਟ ਹੈ ਸਾਈਕੀਟ੍ਰਿਸਟ ਹੈ ਅਗਰ ਤੁਸੀਂ ਕੋਈ ਪ੍ਰੋਬਲਮ ਲੈ ਕੇ ਜਾਂਦੇ ਹੋ ਤੇ ਉਹ ਤੁਹਾਡੀ ਪ੍ਰੋਬਲਮ ਤੇ ਫੋਕਸ ਕਰਦੇ ਹਨ ਤੁਹਾਨੂੰ ਕੀ ਦੁੱਖ ਹੈ ਕਿਹੜੇ ਬੰਦੇ ਤੋਂ ਦੁੱਖ ਹੈ ਘਰ ਦੇ ਕਿਹੜੇ ਬੰਦੋ ਤੋਂ ਪ੍ਰੋਬਲਮ ਹੈ এনवायरमेंट ਵਿੱਚ ਕਿੱਥੇ ਪ੍ਰੋਬਲਮ ਹੈ ਤਾਂ ਫੋਕਸ ਜਿਹੜਾ ਹੈ 네ਗੇਟਿਵਿਟੀ ਦੇ ਉੱਤੇ ਹੁੰਦਾ ਹੈ ਤੋ ਨਾਉ ਮਾਰਟਨ ਸੈਲਿਕਬਨ ਕਹ ਰਹੇ ਨੇ ਕਿ ਤੁਸੀਂ ਕਾਊਂਟ ਵਾਟ ਗੁੱਡ ਯੂ ਹੈਵ ਆਪਣੇ ਆਸ-ਪਾਸ ਦੇ ਲੋਕਾਂ ਦੇ ਵਿੱਚ ਉਹਨਾਂ ਦੇ ਵਿੱਚ ਕੁਝ ਤੇ ਅੱਛਾ ਹੋਏਗਾ ਪਰਮਾਤਮਾ ਨੇ ਪਰਿਆ ਫੋਕਸ ਔਨ 댓 ਤੁਹਾਡੀ ਸਿਚੁਏਸ਼ਨ ਵਿੱਚ ਕੀ ਕੀ ਅੱਛਾ ਹੈ ਰਾਦਰ ਕਾਊਂਟ ਯੋਰ ਬਲੇਸਿੰਗਸ ਜੋ ਅੱਛੀ ਚੀਜ਼ਾਂ ਹਨ ਜਿਹਨੂੰ ਪੈਸਾ ਨਹੀਂ ਖਰੀਦ ਸਕਦਾ ਉਹ ਤੁਸੀਂ ਪਹਿਲੇ ਲਿਸਟ ਬਣਾਓ ਸਾਡੇ ਰਿਲੇਸ਼ਨਸ਼ਿਪਾਂ ਸਾਡੇ ਮਾਪੇ ਸਾਡੇ ਬੱਚੇ ਨੇ ਸਾਡੇ ਭਰਾ ਭੈਣਾਂ ਇਹਨਾਂ ਨੂੰ ਪੈਸਾ ਨਹੀਂ ਖਰੀਦ ਸਕਦਾ ਅਸੀਂ ਵੀ ਆਮ ਤੌਰ ਤੇ ਇੱਕ टर्म ਨੂੰ ਕਹਿੰਦੇ ਆ ਕਿ ਮੇਰੇ ਨਾਲ ਬਹੁਤ ਬੁਰਾ ਹੋਇਆ ਜਾਂ ਇਹ ਸਾਹਮਣੇ ਵਾਲੇ ਨਾਲ ਬਹੁਤ ਬੁਰਾ ਹੋਇਆ ਤਾਂ ਗੁਰੂ ਗ੍ਰੰਥ ਸਾਹਿਬ ਮੈਨੂੰ ਲੱਗਦਾ ਇੱਕ ਪੋਜੀਟਿਵ ਸਾਈਕੋਲੋਜੀ ਦਾ ਸਭ ਤੋਂ ਵੱਡਾ ਸੋਰਸ ਹੈ ਗੁਰੂ ਸਾਹਿਬ ਕਹ ਰਹੇ ਨੇ ਬੁਰਾ ਨਹੀਂ ਸਭ ਭਲਾ ਹੀ ਹੈ ਜਿਸ ਤਰ੍ਹਾਂ ਅਸੀਂ ਸਕਿੱਲ ਵਰਡ ਦੇ ਉੱਤੇ ਫੋਕਸ ਕਰਨੇ ਆ ਤੇ ਸਾਡੇ ਸਾਹਮਣੇ ਹਮੇਸ਼ਾ ਇੱਕ ਵੋਕੇਸ਼ਨਲ ਸਕਿੱਲ ਆਂਦੀ ਹੈ ਟੈਕਨੀਕਲ ਸਕਿੱਲ ਆਂਦੀ ਕਿ ਅਸੀਂ ਪ੍ਰੋਫੈਸ਼ਨ ਕਿਹੜਾ ਅਚੀ ਤਰ੍ਹਾਂ ਬਣਾ ਸਕਦੇ ਆ ਪ੍ਰੋਫੈਸ਼ਨਲ ਸਕਿੱਲ ਆਂਦੀ ਸਾਡੇ ਸਾਹਮਣੇ ਤੋਂ ਹਰ ਕੋਰਸ ਚ ਆਏਗਾ ਹਾਊ ਟੂ ਬੀ ਅ ਗੁੱਡ ਮੈਨੇਜਰ ਹਾਊ ਟੂ ਬੀ ਅ ਗੁੱਡ ਟੀਚਰ ਉਸ ਤਰ੍ਹਾਂ ਦੀ ਵਰਕਸ਼ਾਪਸ ਹੁੰਦੀਆਂ ਲੇਕਿਨ ਜਿਸ ਟਾਈਮ ਅਸੀਂ ਲਾਈਫ ਦੇ ਗੱਲ ਕਰਦੇ ਆਂ ਤੇ ਕਿਸੇ ਵੀ ਮੈਨੇਜਮੈਂਟ ਹਾਊਸ ਕੋਲ ਜਾਂ ਕਿਸੇ ਵੀ ਇਨਸਾਨ ਦੇ ਕੋਲ ਐਦੀ ਕੋਈ ਵਰਕਸ਼ਾਪ ਨਹੀਂ ਹੈ ਔਰ ਉਹ ਵਰਕਸ਼ਾਪ ਸਾਨੂੰ ਗੁਰੂ ਗ੍ਰੰਥ ਸਾਹਿਬ ਚੋਂ ਮਿਲਦੀਆਂ ਅਗਰ ਇਹਨੂੰ ਟ੍ਰਾਂਸਲੇਟ ਕਰੀਏ ਸਕਿੱਲ ਇਸ ਦੈਟ ਕੈਨ ਬੀ ਲਰਨ ਜਿੰਨੂੰ ਅਸੀਂ ਸਿੱਖ ਸਕਦੇ ਆਂ ਅਸੀਂ ਸਕਿੱਲ ਨੂੰ ਆਮ ਤੌਰ ਤੇ ਆਰਟ ਲੈ ਲੈਣੇ ਆ ਕ੍ਰੀਏਟੀਵਿਟੀ ਲੈ ਲੈਣੇ ਆ कि आर्ट पेंटिंग या म्यूजिक ही नहीं है वो आर्ट का एक हिस्सा जरूर है लेकिन आर्ट यह नहीं है कला वर्ड असं ला अचक असं एक टर्म यूज़ करने कि किसी डेथ होगी तो सहना अपने आपू बिज़ी कर लो तुम भुल जाओगे सानू कोई प्रॉब्लम है या असं रिटायर हो गए तो अभी कहना अपने आप बिजी कर लो बिजी होने ਔਰ ਕ੍ਰੀਏਟਿਵ ਇੰਗੇਜਮੈਂਟ ਵਿਦ ਲਾਈਫ ਦਿਸ ਵਿੱਚ ਬਹੁਤ ਫਰਕ ਹੈ ਔਰ ਗੁਰੂ ਗ੍ਰੰਥ ਸਾਹਿਬ ਸਾਨੂੰ ਕ੍ਰੀਏਟਿਵ ਇੰਗੇਜਮੈਂਟ ਵਿਦ ਲਾਈਫ ਦੱਸਦਾ ਹੈ ਸੰਗਤ ਦਾ ਕਨਸੈਪਟ ਸੋਸ਼ਲ ਸਕਿੱਲ ਸਾਨੂੰ ਦਿੰਦਾ ਹੈ ਹੈਲਥ ਦਾ ਲੈਕਚਰ ਹੋ ਚੁੱਕਾ ਉਹ ਸਾਰੀ ਹੈਲਥ ਸਕਿੱਲ ਹੈ ਜੋ ਸਾਨੂੰ ਔਰ ਵੈਲਨੈਸ ਦਾ ਕੀ ਕਨਸੈਪਟ ਹੈ ਉਹ ਸਹਜ ਦੀ ਪੂਰੀ ਅਵਸਥਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੱਸਦੇ ਨੇ ਲੇਕਿਨ ਕਲਾ ਵਰਡ ਨੂੰ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਯੂਜ਼ ਕੀਤਾ ਸਰਬ ਕਲਾਕਰ ਥਾਪਿਆ ਅੰਤਰ ਜੋਤ अपार हम ज्ञान भी है जोत सा इनर डिविनिटी भी है और जोत सा इनर पोटेंशियल भी है प्रॉब्लम है कि अं अपना इनर रिजर्व कभी नहीं यूटिलाइज करते ना टैप करते हैं और बाहर दी चीज़ दे, बाहर वर्कशॉप्स में अं अपने आप में इंगेज करते हाँ अगर अपनी डिवीनिटी सूँ नहीं दिख रही तो असी दूसरे के अंदर डिवीनिटी या गॉड इन ददर असी नहीं देख सकते और अ इज़ एंडलैस लेकिन जो पूरा फलसफा गुरु ग्रंथ साहब का दिता है कि इंसान ने की करना है क्योंकि इंसान वास्ते भी मैसेज है मुख सुर अध्यात्मिक है लेकिन गुरु ग्रंथ साहब वे ऑफ लाइफ है जो असं कह रहे कि गुरु नानक का धर्म अमल है प्रैक्टिस है तो वे ऑफ लाइफ के लिया है ऐसी कला ना खेड़िए ज दरगे बया हारीए किस तरह लाइफ जीनी है किस तरह वह जुगत गुरु साहब सानू दे रहे हैं किमें उन्होंने अप्लाई करना है ਸਿਚੁਏਸ਼ਨਸ ਨੂੰ ਸਮਝਣਾ ਇੱਕ ਕਲੀਅਰ ਅੰਡਰਸਟੈਂਡਿੰਗ ਦੇ ਨਾਲ ਉਹ ਗੁਰੂ ਗ੍ਰੰਥ ਸਾਹਿਬ ਸਾਨੂੰ ਦੇ ਰਹੇ ਨੇ ਜਿਤਨੀ ਵੀ ਐਜੂਕੇਸ਼ਨਲ ਬਾਡੀਜ਼ ਨੇ ਚਾਇਓ ਐਨਸੀਆਰਟੀ ਹੈ ਐਸਸੀਆਰਟੀ ਹੈ ਕਾਲਜ ਯੂਜੀਸੀ ਹੈ ਉਹ ਸਾਰੇ ਲਾਈਫ ਸਕਿੱਲ ਇੱਕ ਪਾਰਟ ਆਫ ਦਾ ਸਿਲੇਬਸ ਉਹਨਾਂ ਨੇ ਲਗਾਇਆ ਹੈ ਉਹਦੇ ਵਿੱਚ 10 ਸਕਿੱਲਸ ਆਨ ਕ੍ਰੀਏਟਿਵ ਥਿੰਕਿੰਗ ਹੈ ਜਿਹਦੇ ਵਿੱਚ ਕਿ ਤੁਸੀਂ ਸੋਲੂਸ਼ਨਸ ਦੇਖੋਗੇ ਕਲੀਅਰ ਥਿੰਕਿੰਗ ਹੈ ਯਾ ਕਮਿਊਨੀਕੇਸ਼ਨ ਸਕਿਲਸ ਤੁਹਾਨੂੰ ਆਨਲਾਈਨ ਮਿਲ ਜਾਏਗਾ ਲੇਕਿਨ ਨਾ ਸਭ ਦੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਵੀ ਲਾਈਫ ਸਕਿਲ ਦਾਸ ਹੈ ਲੇਕਿਨ ਕਿਤੇ ਵੀ ਇਨਰ ਡਿਵਿਨਿਟੀ ਯਾ ਸਪਿਰਚੁਅਲਿਟੀ ਦਾ ਜ਼ਿਕਰ ਨਹੀਂ ਹੈ ਇਸ ਕਰਕੇ ਸਾਡੇ ਸਾਹਮਣੇ ਆਉਂਦਾ ਹੈ ਕਿ ਬਹੁਤ ਹਾਈਲੀ ਕੁਆਲੀਫਾਈਡ ਲੋਕ ਕਈ ਵਾਰ ਡਿਪਰੈਸ਼ਨ ਦਾ ਸ਼ਿਕਾਰ ਨੇ ਬੜੇ ਹਾਈਲੀ ਕੁਆਲੀਫਾਈਡ ਲੋਕ ਕ੍ਰਾਈਮ ਦੇ ਵਿੱਚ ਫਸੇ ਹੋਏ ਨੇ ਔਰ ਬੜੇ ਅੱਛੇ ਐਜੂਕੇਟਿਡ ਫੈਮਿਲੀਜ਼ ਜਿਹੜੀਆਂ ਨੂੰ ਅਸੀਂ ਦੇਖਦੇ ਹਾਂ ਕਿ ਸੁਸਾਈਸਿਡ ਦੀ ਤਰਫ ਔਰ ਉਹ ਕਨਸੈਪਟ ਆ ਗਿਆ कि फैमलीज्ठिया ही सुसाइड्स कर रही दिन ही चार चार लोग इट्ठे सुसाइड कर रहे हैं कॉन्फिडेंस बिल्डिंग बाहर वर्कशॉप्स का काम है कि अभी अपना एक अच्छा एटीट्यूड डिवेलप करिए पॉजिटिव एटीट्यूड डिवेलप करिए लेकिन गुरु ग्रंथ साहब का फोकस कलैरिटी के उपर आ कॉन्फिडेंस विदाउट कलैरिटी विल बी डिजास्टर्स लोंग लास्टिंग नहीं होएगा और कलैरिटी की है कि सिचुएशन दी पूरी अंडरस्टैंडिंग रियलिटी को समझना और नेचर ऑफ रियलिटी रियालिटी समझना असी मोस्टली जिंदगी बर्थ और डेथ दे लेवल से जीने जन्म लैना और मर जाना जिंदगी है लाइफ इज नॉट ओनली बी एंड डी बर्थ एंड डेथ लाइफ इज सी द चॉइसिज वी मेक असी की चूज करने सफरिंग चूज करने है? ਯਾ ਅਸੀਂ ਹੈਪੀਨੈਸ ਚੂਸ ਕਰਨਾ ਤੇ ਜਿਹੜਾ ਉਹ ਸੀ ਹੈ ਸਾਡੀ ਚੁਆਇਸਸ ਹੈ ਉਹਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਫੋਕਸ ਹੈ ਅਗਰ ਉਹਨੂੰ ਅਸੀਂ ਮੰਨ ਕੇ ਐਪਲਾਈ ਕਰਕੇ ਦੇਖੀਏ ਬ੍ਰੇਕਡਾਊਨ ਦੇ ਲੈਵਲ ਦੇ ਉੱਪਰ ਸਾਡੇ ਸਭ ਦੀ ਲਾਈਫ ਹੈ ਜੋ ਮੈਂ ਡਿਪਰੈਸ਼ਨ ਦਾ ਜ਼ਿਕਰ ਕੀਤਾ ਸੁਸਾਇਡਲ ਟੈਂਡੈਂਸੀਸ ਔਰ ਜੋ ਸੁਸਾਇਡਲ ਦੇ ਕੇਸਸ ਵਧੇ ਨੇ ਜੋ ਐਂਗਰ ਔਰ ਰਿਗਰੈਸ਼ਨ ਵਧਿਆ ਬ੍ਰੇਕਡਾਊਨ ਤੋਂ ਬ੍ਰੇਕਥਰੂ ਦੀ ਤਰਫ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਲੈ ਕੇ ਜਾਏਗਾ ਤਿੰਨ W ਸਾਡੀ ਜ਼ਿੰਦਗੀ ਦੇ ਵਿੱਚ ਇੰਪੋਰਟੈਂਟ ਨੇ ਜਿਦੇ ਨਾਲ ਕੀ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਲਾਈਫ ਸਕਿੱਲ ਕਿੱਥੋਂ ਅਸੀਂ ਸ਼ੁਰੂ ਹੋਏ ਹੋਇਆ ਕਿੱਥੇ ਫਸੇ ਹੋਏ ਆਂ ਔਰ ਡੈਸਟੀਨੇਸ਼ਨ ਕੀ ਫਰਸਟ ਇਜ਼ ਵਰੀ ਚਿੰਤਾ ਇਨਸਿਕਿਉਰਿਟੀ ਡਰ ਕਿਉਂਕਿ ਡਰ ਵੀ ਚਿੰਤਾ ਹੀ ਹੁੰਦੀ ਹੈ ਸੈਕੰਡ ਇਜ਼ ਵਿਜ਼ਡਮ ਗੁਰੂ ਗ੍ਰੰਥ ਸਾਹਿਬ ਦਾ ਜੋ ਗਿਆਨ ਦਾ ਫਲਸਫਾ ਹੈ ਉਹ ਨੋਲੇਜ ਡਾਟਾ ਕਲੈਕਸ਼ਨ ਜਾਂ ਇਨਫੋਰਮੇਸ਼ਨ ਜਾਂ ਕਿਸੇ ਸਬਜੈਕਟ ਦੀ ਐਕਸਪਰਟੀਸ ਨਹੀਂ ਹੈ ਉਹ ਗਿਆਨ ਹਾਇਰ ਲੈਵਲ ਦਾ ਹੈ ਕਿ ਜ਼ਿੰਦਗੀ ਕਿਸ ਤਰ੍ਹਾਂ ਜੀਣੀ ਹੈ ਹੋ ਸਕਦਾ ਮੈਂ ਬਹੁਤ ਅੱਛੀ ਮੈਨੇਜਰ ਹੋਵਾਂ ਲੇਕਿਨ ਮੈਂ ਆਪਣਾ ਕਾਰ ਨਹੀਂ ਮੈਨੇਜ ਕਰ ਰਹੀ ਮੈਂ ਆਪਣੀ ਜ਼ਿੰਦਗੀ ਨਹੀਂ ਮੈਨੇਜ ਕਰ 파ਰੀ ਮੇਰੇ ਕੋਲ ਰਿਲੇਸ਼ਨਸ਼ਿਪਸ ਨਹੀਂ ਮੈਨੇਜ ਹੋ ਰਹੇ ਔਰ ਅਸੀਂ ਕਹਿੰਦੇ ਕਿ ਗੁਰੂ ਨਾਨਕ ਦਾ ਧਰਮ ਅਮਲ ਹੈ ਪ੍ਰੈਕਟਿਸ ਹੈ ਤੇ ਉਹ ਜਦੋਂ ਵਿਜ਼ਡਮ ਅਸੀਂ ਜੀਵਨ ਦੇ ਵਿੱਚ ਟਾਲ ਲੈਣਿਆ ਤੇ ਉਹ ਵੈਲਨੈਸ ਤੱਕ ਸਾਨੂੰ ਲੈ ਕੇ ਜਾਏਗੀ ਤੁਹੇ 3w ਦੇ ਕਨਸੈਪਟ ਨੂੰ ਅਸੀਂ ਦੇਖਦੇ ਹਾਂ ਵਰੀ ਅਸੀਂ ਆਪਣੇ ਆਪ ਇੰਡੀਪੈਂਡੈਂਟ ਜ਼ਿੰਦਗੀ ਕਦੀ ਨਹੀਂ ਜੀਂਦੇ ਸਾਡੀ ਜ਼ਿੰਦਗੀ ਸਾਡਾ ਮਨ ਜੀਂਦਾ ਹੈ ਹੱਸਣ ਖੇਡਣ ਮਨ ਕਾ ਚਾਹੋ ਬਹੁਤ ਅੱਛੀ ਸਿਚੁਏਸ਼ਨ ਹੈ ਸਭ ਕੁਝ ਠੀਕ ਹੈ ਅਗਰ ਮੇਰਾ ਮਨ ਖੁਸ਼ ਨਹੀਂ ਹੈ ਤਾਂ ਮੈਂ ਨਹੀਂ ਖੁਸ਼ ਹੋ ਸਕਦੀ ਤੁਹਾਡੀ ਖੁਸ਼ੀ ਵੀ ਮੈਨੂੰ ਖੁਸ਼ ਨਹੀਂ ਕਰ ਸਕਦੀ ਔਰ ਜਿਤਨੇ ਸਾਈਕੀਟ੍ਰਿਸਟਨ ਬਹੁਤ ਸਾਰੇ ਡਿਪਰੈਸ਼ਨ ਦੇ ਪੇਸ਼IENTS ਐਸ ਇਨ ਜਿਨ੍ਹਾਂ ਦੇ ਕੈਮੀਕਲ ਚੇਂजेस ਆਨ ਬੋਡੀ ਜ ਉਹਨਾਂ ਨੂੰ ਕਾਰ ਕੋਈ ਪ੍ਰੋਬਲਮ ਨਹੀਂ ਹੈ ਮਨੀ ਫਾਈਨੈਂਸ ਕੁਝ ਪ੍ਰੋਬਲਮ ਨਹੀਂ ਹੈ ਲੇਕਿਨ ਉਹ ਚੀਜ਼ ਜੋ ਬਾਹਰ ਨਹੀਂ ਨਿਕਲ ਸਕਦੇ ਉਹਨਾਂ ਨੂੰ ਹਰ ਚੀਜ਼ ਇੱਕ ਸੈਡਨੈਸ ਇੱਕ ਲੋਨਲੀਨੈਸ ਮਹਿਸੂਸ ਹੁੰਦੀ ਹੈ ਮਲੰਕਲੀ ਜਿਹੜੀ ਕਿ ਸੈਡਨੈਸ ਇਟਸੈਲਫ ਇਜ਼ ਅ ਡਿਜ਼ੀਜ਼ ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਮਨ ਦੇ ਬਾਰੇ ਇੱਥੇ ਲੈਕਚਰ ਵੀ ਹੋਇਆ ਮਨ ਦਾ ਤੇ ਇਸ ਕਰਕੇ ਮੈਂ ਉਹਦੀ ਡਿਟੇਲ ਨਹੀਂ ਕੁਝ ਵਰਸਸ ਮੈਂ ਲਾਂਗੀ ਏ ਮਨ ਚੰਚਲ वासना ਆਵੇ ਪੂਰਾ ਗੁਰੂ ਗ੍ਰੰਥ ਸਾਹਿਬ ਫੋਕਸ ਕਰਦਾ ਹੈ ਮਨ ਦੇ ਉੱਪਰ ਕਿ ਮਨ ਨੂੰ ਕਿਸ ਤਰ੍ਹਾਂ ਡਾਇਰੈਕਸ਼ਨ ਦੇਣਾ ਕਿਉਂਕਿ ਸਾਡਾ ਮਨ ਜਿਸ ਸਿਚੁਏਸ਼ਨ ਨੂੰ ਦੇਖੇਗਾ ਜਿਸ ਤਰ੍ਹਾਂ ਮਿਲਟਨ ਇਨ ਪੈਰਾਡਾਈਸ ਲੌਸੀ ਸੇਜ਼ ਅ ਮਾਈਂਡ ਇਨ ਇਟਸੈਲਫ ਕੈਨ ਮੇਕ ਹੈਵਨ ਆਫ Hell ਐਂਡ Hell ਆਫ Heaven ਇਹ ਮੇਰਾ ਪਰਸਪੈਕਟਿਵ ਹੈ ਕਿ ਮੈਂ ਕਿਸ ਤਰ੍ਹਾਂ ਕਿਸੇ ਚੀਜ਼ ਨੂੰ ਲਾਨੀ ਆ ਮਨ ਦਾ ਜੋ ਕੰਮ ਹੁੰਦਾ ਉਹ ਲਾਈਕਸ ਔਰ ਡਿਸਲਾਈਕਸ ਕ੍ਰੀਏਟ ਕਰ ਦਿੰਦਾ ओपीनीयन और आइडियाज़ मैं एक इंसान नहीं अच्छा लगता नहीं अच्छा लगता शायद मेरे कोई रीज़न नहीं है लेकिन मैं अच्छा नहीं लग रहा क्योंकि मेरे मन ने एक नेपीनीयन फॉर्म की हुई है उसी तरह कोई सिचुएशन मैं नहीं अच्छी लग रही क्योंकि मैं एक ओपीनीयन फॉर्म की है और उन्हीनीयनस चेंज किस तरह करना है या उस सिचुएशन उन्हचुएशन मन नु किस तरह कड़ना है गुर के शब्द बनावो ए मन कि उस चीज़ में तुम बदल भी हो और इतने गुरदा शब्द ज्ञान है थे शब्द ज्ञान रूप दे विच ਸਾਡੇ ਸਾਹਮਣੇ ਆਇਆ ਕਿ ਉਹਦੇ ਚੋਸੀ ਬਾਅਦ ਹੁਣ ਇਹਦੇ ਵਿੱਚ ਮਨ ਨੂੰ ਬਣਾਣਾ ਜੋ ਹੈ ਇੱਕ ਰਾਈਟ ਪਰਸਪੈਕਟਿਵ ਅਸੀਂ ਕ੍ਰੀਏਟ ਕਰਨਾ ਔਰ ਇੱਕ ਰਾਈਟ ਡਾਇਰੈਕਸ਼ਨ ਅਸੀਂ ਆਪਣੇ ਵਾਸਤੇ ਕ੍ਰੀਏਟ ਕਰਨਾ ਸਾਡਾ ਜਿਹੜਾ ਮਨ ਹੈ ਉਹ ਡਰ ਕ੍ਰੀਏਟ ਕਰਦਾ ਹੈ ਸਾਨੂੰ ਉਹਦੇ ਵਿੱਚ ਮੌਤ ਦਾ ਵੀ ਡਰ ਹੈ ਚੇਂਜ ਪਰਿਵਰਤਨ ਸਟੇਟਸ ਕੋ ਅਸੀਂ ਚਾਹਨੇ ਹਾਂ ਮੇਨਟੇਨ ਰਹੇ ਜੋ ਜੈਸਾ ਚੱਲ ਰਿਹਾ ਹੈ ਚੱਲਦਾ ਰਹੇ ਸਾਨੂੰ ਵੱਡੇ ਹੋਣ ਦਾ ਵੀ ਡਰ ਹੈ ਏਜ ਦਾ ਵੀ ਡਰ ਹੈ ਤੋਂ ਹਰ ਡਰ ਅਸੀਂ ਆਪਣੇ ਆਪ ਕ੍ਰੀਏਟ ਕੀਤਾ ਤੋਂ ਗੁਰੂ ਸਾਹਿਬ ਸੇ ਡਰ ਡਰ ਡਰਨਾ ਮਨ ਦਾ ਛੋੜ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਸੀ ਰੂਟ ਤਾਂ ਟੁੱਟ ਚੁੱਕੇ ਆ ਅਸੀਂ ਕਹਿ ਰਹੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਤੇ ਸਾਡਾ ਬੜਾ ਵਿਸ਼ਵਾਸ ਹੈ ਲੇਕਿਨ ਅਗਰ ਵਿਸ਼ਵਾਸ ਹੈ ਤੇ ਫਿਰ ਡਰ ਨਹੀਂ ਹੋਣਾ ਚਾਹੀਦਾ ਨਿਰਭਉ ਸੰਗ ਤੁਮਾਰੇ ਬਸਤੇ ਇਹ ਡਰਨ ਕਹਾਂ ਤੇ ਆਇਆ ਅਗਰ ਅਸੀਂ ਵਿਸ਼ਵਾਸ ਕਰ ਰਹੇ ਆ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਤੇ ਫਿਰ ਇਹ ਡਰ ਜੋ ਇਮੇਜినਰੀ ਅਸੀਂ ਕ੍ਰੀਏਟ ਕੀਤਾ ਉਹ ਕਿਸ ਤਰ੍ਹਾਂ ਆਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੁੱਖ ਦੀ ਵੀ ਗੱਲ ਹੈ ਔਰ ਫਿਰ ਦੁੱਖਦਾਰੂ ਸੁਖ ਰੋਗ ਬਿਆ ਇਹ ਹੈ ਅਸਲੀ ਸਕਿੱਲ ਕਿ ਅਸੀਂ ਦੁੱਖ ਨੂੰ ਸੁਖ ਵਾਲੇ ਪਾਸੇ ਕਿਸ ਤਰਾਂ ਟਰਾਂਸਫਾਰਮ ਕਰਕੇ ਲੈ ਕੇ ਜਾਣਾ ਦੁੱਖ ਵਿਛੋੜਾ ਇੱਕ ਦੁੱਖ ਪੁਖ ਇੱਕ ਦੁੱਖ ਸਾਖਤ ਹਾਤ ਜਮਦੂ ਸਾਨੂੰ ਮੌਤ ਦਾ ਡਰ ਵੀ ਗੁਰੂ ਸਾਹਿਬ ਨੇ ਕਹਿਤਾ ਭੁੱਖ ਦਾ ਡਰ ਵੀ ਕਹਿਤਾ ਔਰ ਵੈਲਥ ਹਰ ਚੀਜ਼ ਦੇ ਡਰ ਨੂੰ ਗੁਰੂ ਸਾਹਿਬ ਨੇ ਲਿੱਤਾ ਵਰੀ ਔਰ ਵਿਜ਼ਡਮ ਦਾ ਜਿਹੜਾ ਕਨਸੈਪਟ ਹੈ ਉਹ ਬੜਾ ਨਾਲ-ਨਾਲ ਚੱਲਦਾ ਹੈ ਕੋਈ ਵੀ ਸ਼ਬਦ ਆਸਾਨੀ ਜਿੱਥੇ ਸਿਰਫ ਗੁਰੂ ਸਾਹਿਬ ਨੇ ਪ੍ਰੋਬਲਮ ਦੀ ਗੱਲ ਕਰ ਦਿੱਤੀ ਜਾਂ ਆਲਟਰਨੇਟਿਵ ਦਾ ਕੋਈ ਸੋਲੂਸ਼ਨ ਨਹੀਂ ਦਿੰਦਾ ਜਾਂ ਕੋਈ ਮਾਡਲ ਨਹੀਂ ਦਿੰਦਾ ਸਾਨੂੰ ਜਿਸ ਗ੍ਰਹਿ ਥੋੜੀ ਤਿਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਬਹੁਤ ਹੈ ਸੋ ਫਿਰੇ ਮਰਮੰਤਾ ਜਿਨ੍ਹਾਂ ਦੇ ਥੋੜੀ ਹੈ ਵੈਲਥ ਥੋੜੀ ਹੈ ਬਹੁਤ ਸਾਰੇ ਇਨਸੀਡੈਂਟਸ ਐਸੇ ਹੋਏ ਨੇ ਕਾਲਜ ਸਟੂਡੈਂਟਸ ਜਿਨ੍ਹਾਂ ਨੂੰ ਜਦੋਂ ਡਿਜ਼ਾਇਰ ਸਾਨੂੰ ਜਾਗਰੀਏ ਕਿ ਮੈਂ ਚੀਜ਼ਾਂ ਖਰੀਦਣੀਆਂ ਨੇ ਕਿਉਂਕਿ ਮੇਰੇ ਫਰੈਂਡਸ ਕੋਲ ਹੈ ਪੀਅਰ ਪ੍ਰੈਸ਼ਰ ਸਾਡੇ ਸਾਹਮਣੇ ਆਂਦਾ ਹੈ ਉਹ ਗਲਤ ਚੀਜ਼ਾਂ ਦੇ ਵਿੱਚ ਇਲੀਗਲ ਐਕਟਸ ਦੇ ਵਿੱਚ ਇੰਡल्ज ਕਰ ਰਹੇ ਨੇ ਤਾਂ ਕਿ ਉਹ ਚੀਜ਼ਾਂ ਪਾਕਟ ਮਨੀ ਐਕਸਟਰਾ ਅਰਨ ਕਰ ਸਕਣ ਚਾਹੇ ਉਹ ਗਰਲਸ ਨੇ ਚਾਹੇ ਉਹ ਬॉयਜ਼ ਨੇ ਔਰ ਜਿਨ੍ਹਾਂ ਦੇ ਬਹੁਤ ਹੈ ਉਹ ਵੀ ਕ੍ਰਾਈਮਸ ਜਾ ਰਹੇ ਨੇ ਚਾਹੇ ਉਹ ਡਿਫਰੈਂਟ ਕਿਸਮ ਦੇ ਕ੍ਰਾਈਮਾਂ 'ਚ ਜਾ ਰਹੇ ਹਨ ਵਿਜੇ ਮਾਲਿਆ ਦਾ ਕੇਸ ਸਾਡੇ ਸਾਹਮਣੇ ਸੀ ਬਹੁਤ ਸਾਰਾ ਕਾਰਪੋਰੇਟ ਵਰਲਡ ਐਸਾ ਜਿਨਾਂ ਕੋਲ ਐਨਾ ਹੈ ਬਟ ਸਟਿਲ ਉਹਨਾਂ ਦੀ ਜਿਹੜੀ ਭੁੱਖ ਹੈ ਉਹ ਨਹੀਂ ਖਤਮ ਹੋਈ ਸੋ ਥਰੂ ਨੋਲੇਜ ਜੋ ਗੁਰੂ ਸਾਹਿਬ ਸਾਨੂੰ ਦੇ ਰਹੇ ਨੇ ਔਰ ਇੱਕ ਪ੍ਰੋਪਰ ਅੰਡਰਸਟੈਂਡਿੰਗ ਦੇ ਨਾਲ ਵੈਲਥ ਨਾਲ ਅਸੀਂ ਕਿਵੇਂ ਰਿਲੇਟ ਕਰਨਾ ਹੈ ਰਿਲੇਸ਼ਨਸ਼ਿਪਸ ਨਾਲ ਅਸੀਂ ਕਿਵੇਂ ਰਿਲੇਟ ਕਰਨਾ ਹੈ ਘਾਲ ਖਾਏ ਕਿਛ ਹੱਤੋਂ ਦੇ ਤੁਸੀਂ ਅਗਰ ਕਮਾ ਰਹੇ ਹੋ ਗੁਰੂ ਸਾਹਿਬ ਕਮਾਨ ਨੂੰ ਨਹੀਂ ਮਨਾ ਕਰ ਰਹੇ ਕਿ ਮਿਹਨਤ ਨਾਲ ਕਿਉਂਕਿ ਹਰ ਪਾਸੇ ਹੀ ਮਿਹਨਤ ਨਾਲ ਕੁਝ ਲੋਕ ਕਹਿ ਰਹੇ ਨੇ ਸੀ ਬੇਮਾਨ ਨੇ ਵੀ ਮਿਹਨਤ ਨਾਲ ਕੀਤੀ ਹੈ ਸਾਡੀ ਮਿਹਨਤ ਹੈ ਤੋਂ ਮਿਹਨਤ ਦੇ ਨਾਲ ਵਟ ਏਵਰ ਯੂ ਔਨ ਸ਼ੇਅਰ ਕਰੋ ਨਾਲ ਨਾਲ ਹੀ ਇੱਕ ਸੋਸ਼ਲ ਸਕਿੱਲ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਰੱਖੀ ਡੈਥ ਦਾ ਡਰ ਆਪਣੀ ਡੈਥ ਦਾ ਡਰ ਜਿਹੜਾ ਦੂਸਰਾ ਡਰ ਸਾਨੂੰ ਮਨ ਸਾਡਾ ਕ੍ਰੀਏਟ ਕਰਦਾ ਸਾਡੇ ਲਵਡ ਵਨ ਦੀ ਡੈਥ ਜਾਂ ਕਿਸੇ ਕੰਟੈਕਟ ਦੀ ਡੈਥ ਅਸੀਂ ਚਾਹੁੰਦੇ ਹਾਂ ਜੋ ਜਿਵੇਂ ਚੱਲ ਰਿਹਾ ਉਹ ਚੱਲਦਾ ਰਹੇ ਉਹਦਾ ਡਰ ਸਾਨੂੰ ਰਹਿਣਾ ਲੇਕਿਨ ਥਰੂ ਵਿਜ਼ਡਮ ਗੁਰੂ ਸਾਹਿਬ ਸੇਜ਼ ਇਹ ਮਾਰਗ ਸੰਸਾਰ ਕੋ ਨਾਨਕ रियालिटी कह क्योंकि कॉन्फिडेंस कलैरिटी भी चाहिए सामान क्योंकि कोरा कॉन्फिडेंस नहीं काम आएगा जो अभी रियालिटी समझने नेचर ऑफ रियालिटी की डैथ एक रियालिटी है कबीर जिस मरने से जगत डरे मेरे मन हार आनंद मरने ਤੇ ਹੀ ਪਾਈਏ ਪੂਰਨ ਪਰਮਾਨੰਨ ਪੂਰਨ ਪੂਰਾ ਆਨੰਦ ਹੀ ਉਹ ਕਰਨ ਮਰਨ ਤੇ ਲੇਕਿਨ ਜੀਵਤ ਮਰਨ ਜਿਹੜੀ ਜੀਵਤ ਮੁਕਤੀ ਦੀ ਕਨਸੈਪਟ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਰੱਖਿਆ ਮਰਨ ਤੋਂ ਮਾਰ ਮਾਤ ਦੀ ਜੁਕਤੀ ਨਹੀਂ ਤੋਂ ਜਿਹੜਾ ਜੀਵਨ ਮੁਕਤੀ ਦਾ ਕਨਸੈਪਟ ਹੈ ਉਹਦੇ ਵਿੱਚ ਇੱਕ ਸਟ्रेस ਫਰੀ ਲਾਈਫ ਸਾਡੇ ਸਾਹਮਣੇ ਅਸੀਂ ਕੋਰਸਸ ਆ ਜਿਹ ਅਟੈਂਡ ਕਰਨ ਆ ਆਰਟ ਆਫ ਲਿਵਿੰਗ ਕੋਰਸਸ ਐਂਡ ਦੇ ਚਾਰਜ ਹਿਊਜ ਫੀਸ ਕੀ ਸਿਉ ਤੇ ਸਿੱਖਣ ਜਾਣਾ ਹੈ ਹਾਊ ਟੂ ਲਿਵ ਲੇਕਿਨ ਗੁਰੂ ਗ੍ਰੰਥ ਸਾਹਿਬ ਸਾਨੂੰ ਦੱਸ ਦਿੰਦੇ ਨੇ ਕਿ ਮਰਨਾ ਵੀ ਕਿਸ ਤਰ੍ਹਾਂ ਹੈ ਔਰ ਲਾਈਫ ਨੂੰ ਜੀਣਾ ਵੀ ਕਿਸ ਤਰ੍ਹਾਂ ਹੈ ਡੈਥ ਵੀ ਚੇਂਜ ਹੈ ਅਸੀਂ ਚੇਂਜ ਤੋਂ ਡਰਦੇ ਹਾਂ ਪਰਿਵਰਤਨ ਤੋਂ ਡਰਦੇ ਹਾਂ ਚੇਂਜ ਨਾਟ ਫॉर द ਪਰਸਨ ਜੋ ਚਲਾ ਗਿਆ ਹੋਤੇ ਚਲਾ ਗਿਆ ਵੀ ਡੋਨਟ ਨੋ ਆਮ ਤੌਰ ਤੇ ਚੇਂਜ ਜਿਹੜੇ ਪਿੱਛੋਂ ਰਹਿ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਉਸ ਟਾਈਮ ਫਿਰ ਵਿਚਾਰ ਵੀ ਕਰਨਾ ਹੁੰਦਾ ਇਨਟਰੋਸਪੈਕਸ਼ਨ ਦਾ ਟਾਈਮ ਹੈ ਕਿ ਡੈਥ ਤੁਹਾਨੂੰ ਕੀ ਸਿਖਾ ਕੇ ਗਈ ਹੈ ਸਾਡੀ ਪ੍ਰੋਬਲਮ ਤਾਂ ਆਉਂਦੀ ਹੈ ਜਦੋਂ ਅਸੀਂ ਚੇਂਜ ਨੂੰ ਚੈਲੰਜਸ ਵਿੱਚ ਤਬਦੀਲ ਕਰਦੇ ਨੇ ਆਪਣੇ ਵਾਸਤੇ ਆਪਣੇ ਥਾਟ ਪ੍ਰੋਸੈਸ ਤੇ ਵਾਸਤੇ ਅਸੀਂ ਚੈਲੰਜ ਸਮਝਨੇ ਕਿ ਡੈਥ ਹੈ ਜਾਂ ਕੋਈ ਇੱਕ ਜਗਾ ਤੋਂ ਦੂਸਰੀ ਜਗਾ ਚਲਾ ਗਿਆ ਉਹ ਵੀ ਲੇਕਿਨ ਲਾਈਫ ਹਮੇਸ਼ਾ ਪੈਰਾਡੌਕਸ ਹੈ ਸੁਖ ਔਰ ਦੁਖ ਦਿਨ ਰਾਤ ਜੀਤਨਾ ਹਾਰਨਾ ਇਹ ਸਾਰੀ ਚੀਜ਼ਾਂ ਸਾਡੇ ਸਾਹਮਣੇ ਮੌਜੂਦ ਨੇ ਔਰ ਅਸੀਂ ਆਪਣੇ ਆਸ-ਪਾਸ ਆਪਣੀ ਲਾਈਫ ਵਿਚ ਵੀ ਦੇਖਦੇ ਆ ਸੋ ਪੇਨ ਇਨੈਵਿਟੇਬਲ ਹੈ ਲੇਕਿਨ ਜਿਹੜੀ ਸਫਰਿੰਗ ਹੈ ਉਹ ਸਾਡੀ ਚੋਇਸ ਆਮ ਤੌਰ ਤੇ ਅਸੀਂ ਲੋਕ ਸਾਰੇ ਡੈਥ ਦੇ ਜੋ ਇੰਟਰਸਟਿਡ ਬਹੁਤ ਹੋਣਿਆ ਕਿ ਇਹਦਾ ਕੋਈ ਲੈਕਚਰ ਹੋਣਾ ਚਾਹੀਦਾ ਕਿਸੇ ਵੀ ਅਸੀਂ ਸਪਿਰਚੁਅਲ ਗੁਰੂ ਅੱਜਕਲ ਤੇ ਬਹੁਤ ਜ਼ਿਆਦਾ ਨੇ ਉਹਨਾਂ ਕੋਲ ਜਾ ਕੇ ਅਸੀਂ ਪੁੱਛਨੇ ਆ ਕਿ ਸਾਨੂੰ ਤੁਸੀਂ ਮੌਤ ਦੇ ਬਾਰੇ ਦੱਸੋ ਲੇਕਿਨ ਕੀ ਸਾਨੂੰ ਜੀਵਨ ਦੇ ਬਾਰੇ ਸਮਝ ਆ ਚੁੱਕੀ ਹੈ ਜੋ ਅਸੀਂ ਮੌਤ ਦੇ ਬਾਰੇ ਉਹ ਤੇ ਵਾਂਸ ਇਨ ਅ ਲਾਈਫਟਾਈਮ ਆਏਗੀ ਆਪਣੇ ਆਪ ਹੀ ਸਮਝ ਆ ਜਾਏਗਾ ਕਿ ਮੌਤ ਕੀ ਹੁੰਦੀ ਹੈ ਕਿਸ ਤਰ੍ਹਾਂ ਹੁੰਦੀ ਹੈ ਇੱਕ ਚੇਂਜ ਸਾਡਾ ਫਿਜ਼ੀਕਲ ਚੇਂਂਜ ਹੈ ਔਰ ਇੱਕ ਚੇਂਜ ਜਿਹੜਾ ਅੰਦਰੂਨੀ ਚੇਂਂਜ ਹੈ ਔਰ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਫੋਕਸ ਇਨਰ ਚੇਂਜ ਦੇ ਉੱਤੇ ਹੈ ਇਨਰ ਲਾਈਫ ਦੀ ਚੇਂਜ ਦੇ ਉੱਪਰ ਹੈ ਫਿਜ਼ੀਕਲ ਚੇਂਜ ਨੂੰ ਤਾਂ ਅਕਸੈਪਟ ਕਰ ਰਹੇ ਨੇ ਗੁਰੂ ਸਾਹਿਬ 10 ਬਾਲ ਤਨ 20 ਰਾਵਨ 30ਾਂ ਕਾ ਸੁੰਦਰ ਰਖਾਵੇ 40 ਸੇ ਪੁਰ ਹੋਏ 25 ਪੱਕ ਇਸੇ 60ਆਂ ਕਾ ਬੁੜੇਪਾ 10 ਤੋਂ ਲੈ ਕੇ 60 ਸਾਲ ਦੀ ਏਜ ਤੱਕ ਦਾ ਪੂਰਾ ਚੇਂਜ ਉਹ ਗੁਰੂ ਸਾਹਿਬ ਨੇ ਦੱਸਿਆ ਉਹ ਫਿਜ਼ੀਕਲ ਚੇਂਜ ਹੈ ਲੇਕਿਨ ਅਕਲ ਦਾ ਸੰਬੰਧ ਕਦੀ ਏਜ ਨਾਲ ਜਾਂ ਉਮਰ ਨਾਲ ਨਹੀਂ ਹੈ 20 ਸਾਲ ਦਾ ਇਨਸਾਨ ਵੀ ਅਕਲ ਤੋਂ ਬਿਲਕੁਲ 10 ਸਾਲ ਦੇ ਬੱਚੇ ਵਾਂਗੂ ਬੀਹੇਵ ਕਰ ਸਕਦਾ ਹੈ ਔਰ ਇੱਕ 10-12 ਸਾਲ ਦਾ ਬੱਚਾ ਵੀ ਕਾਫੀ ਮੈਚੁਰਡ ਹੋ ਸਕਦਾ ਹੈ ਇੱਕ ਕਨਸੈਪਟ ਸਾਈਕੋਲੋਜੀ ਦੇ ਵਿੱਚ ਹੈ ਏਜਿੰਗ ਵਾਈਜ਼ਲੀ ਉਹਨਾਂ ਨੇ ਵਰਕਸ਼ਾਪਸ ਆਰਗੇਨਾਈਜ਼ ਕਰਾਈਆਂਨ ਖਾਸ ਤੌਰ ਤੇ ਬਜ਼ੁਰਗਾਂ ਲਈ ਜਾਂ ਜਿਹੜੇ ਲੋਕ ਰਿਟਾਇਰਮੈਂਟ ਜਿਨਾ ਨੇ ਲੈਂਤੀਏ ਚਾਹੇ ਉਹ ਵੌਲੰਟਰੀ ਆ ਚਾਹੇ ਏਜ ਵਾਈਜ਼ ਹੈ ਕਿ ਏਜਿੰਗ ਵਾਈਜ਼ਲੀ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਸੋਸ਼ੀਅਲੀ ਐਕਟਿਵ ਰੱਖੋ पढ़ते रहो बिजी रखो लेकिन एजिंग वाइजली जरूरी नहीं है कि असी बुजुर्गी एजिंग वाइजली एजिंग वाइजली तो शुरू एक कोट स्कॉलर ने मोंक हाउस ही सेज ओल्ड एज इज कंपलसरी ग्रोइंग अप इज अ चॉइस तुम बहरो फिजिकली बुजुर्ग हो गए लेकिन तुम अंदरों बजुर्ग हो रहे हो या नहीं वो तोड़ी चॉइस के उत्ते निर्भर करता ਇਕ ਚੇਂਜ ਨੇਚਰ ਦਾ ਪ੍ਰਕਿਰਤੀ ਦਾ ਅਸੀਂ 12ਵੇਂ ਦੇ ਲੈਕਚਰ ਅੱذ ਵੀ ਸੁਣਿਆ ਸੀ ਕਿ ਜਿਹੜੀ ਪ੍ਰਕਿਰਤੀ ਹੈ ਉਹ ਮਨ ਵਾਸਤੇ ਵਰਤੀ ਹੈ ਗੁਰੂ ਸਾਹਿਬ ਨੇ ਐਜ਼ ਅ ਸਿੰਬਲ ਕਿ ਉਸੇ ਤਰ੍ਹਾਂ ਪ੍ਰਕਿਰਤੀ ਤੋਂ ਅਸੀਂ ਸੇਧ ਲੈ ਕੇ ਆਪਣੇ ਆਪ ਨੂੰ ਬਦਲਣਾ ਹੈ ਜੋ ਸਾਡੀ ਲਾਈਕਸ ਔਰ ਡਿਸਲਾਈਕਸ ਸਾਡਾ ਮਨ ਕ੍ਰੀਏਟ ਕਰਦਾ ਹੈ ਅਗਰ ਅਸੀਂ ਪ੍ਰੇਰਣਾ ਲੈਣਾ ਚਾਹੀਏ ਲੇਕਿਨ ਨੇਚਰ ਤੋਂ ਅਗਰ ਗਰਮੀ ਹੈ ਸਾਨੂੰ ਉਹ ਵੀ ਨਹੀਂ ਅੱਛੀ ਲੱਗਦੀ ਸਰਦੀ ਹੈ ਸਾਨੂੰ ਉਹ ਵੀ ਨਹੀਂ ਅੱਛੀ ਲੱਗਦੀ ਤੇ ਹਮੇਸ਼ਾ ਇੱਕ ਕੰਪਲੇਂਟ ਸਾਡੀਆਂ ਰਹਿੰਦੀਆਂ ਨੇ ਸੋ ਗੁਰੂ ਸਾਹਿਬ ਕਹਿ ਰਹੇ ਨੇ ਸਬੇ ਰੁੱਤ ਚੰਗੀਆਂ ਜਿਤ ਸੱਚੇ ਸਿਉ ਨੇ ਆਪਣੀ ਪਰਮਾਤਮਾ ਦੇ ਨਾਲ ਇੱਕ ਡਿਵਿਨਿਟੀ ਦੇ ਨਾਲ ਅਧਿਆਤਮਿਕਤਾ ਦੇ ਨਾਲ ਜਦੋਂ ਅਸੀਂ ਜੁੜੇ ਲੈਨੇ ਆ ਤੇ ਸਾਡਾ ਸਿਚੁਏਸ਼ਨ ਨੂੰ ਲੋਕਾਂ ਨੂੰ ਰਿਲੇਸ਼ਨਸ਼ਿਪਸ ਨੂੰ ਦੇਖਣ ਦਾ ਨਜ਼ਰੀਆ ਜਿਹੜਾ ਬਦਲਦਾ असी हर मौसम गलत कह रहे हैं, सानू सर्दी भी प्रॉब्लम है गर्मी भी प्रॉब्लम है तो दो मौसम दो डिफरेंट मौसम दिया मैं कोट करांगी आषाढ़ भला सूरज तपे धरती सुख सॉरी दुख सहे कि सूरज भी तप रहा है और धरती भी गर्म है और दुख सह रही है धरती लेकिन असी कभी धरती न कंप्लेंट करते ही नहीं सुनते कंप्लेट हमेशा साड़ी तरफों हो रही होंगी बहुत गर्मी है बहर नहीं निकलिया जा रहा ਦਰਤੀ ਸਾੜੇ ਸੂਰਜ ਬਹੁਤ بارش ਹੋਣੀ ਚਾਹੀਦੀ ਹੈ ਜਿਸ ਟਾਈਮ بارش ਹੋ ਜਾਂਦੀ ਉਸ ਟਾਈਮ ਅਸੀਂ ਕਹਦੇ ਨੇ ਕਿਚੜ ਹੋ ਗਿਆ بارش ਨਹੀਂ ਹੋਣੀ ਚਾਹੀਦੀ بارش ਬੰਦ ਹੋਣੀ ਚਾਹੀਦੀ ਤਾਂ ਜੋ ਨੇਚਰ ਹੈ ਇਹ ਸਾਡੇ ਵਾਸਤੇ ਇਨਸਪੀਰੇਸ਼ਨ ਹੈ ਕਿ ਅਸੀਂ ਇਹਨਾਂ ਕੋਲੋਂ ਇਨਸਪਾਇਰ ਹੋ ਕੇ ਜੀਵਨ ਨੂੰ ਮਾਈਂਡ ਸੈਟ ਨੂੰ ਚੇਂਜ ਕਰੀਏ ਔਰ ਨਾਲ ਹੀ ਬੈਸਾਖ ਭਲਾ ਸ਼ਾਖਾ ਵੇਸ ਕਰੇ ਜਿਸ ਤਰ੍ਹਾਂ ਦਾ ਵੀ ਮੌਸਮ ਹੁੰਦਾ ਹੈ ਉਸੇ ਤਰ੍ਹਾਂ ਪ੍ਰਕਿਰਤੀ ਆਪਣੇ ਆਪ ਨੂੰ ਟਾਲਦੀ ਹੈ ਵਿਸਾਖਾ ਆਏਗਾ ਤੇ ਉਹ ਚੇਂਜ ਹੋ ਜਾਏਗੀ ਉਹਦੀ ਆਊਟ ਕਦੀ ਪਤਝੜ ਆ ਜਾਏਗਾ ਕਦੀ ਸਾਵਨ ਆ ਜਾਏਗਾ ਤੇ ਸਾਰੀ ਗ੍ਰੀਨਰੀ ਇੱਕ ਵਾਰ ਇੱਕ ਪੇਂਟਿੰਗ ਦੀ ਐਗਜ਼ੀਬਿਸ਼ਨ ਦੇ ਵਿੱਚ ਮੈਂ ਗਈ ਸੀ ਤੋਂ ਉਹਨਾਂ ਨੇ ਪੇਂਟਿੰਗ ਬਣਾਈ ਹੋਈ ਸੀ ਕਿ ਬਰਫ਼गिर ਰਹੀ ਹੈ ਪਤਝੜ ਹੈ ਔਰ ਪੂਰਾ ਸੜਕ ਔਰ ਪੇੜ ਬਰਫ਼ ਨਾਲ ਪੜੇ ਹੋਨੇ ਤੋਂ ਦੋ ਲੋਕ ਉੱਥੇ ਖੜੇ ਸਨ ਔਰ ਪੇਂਟਰ ਵੀ ਮੌਜੂਦ ਸਨ ਇੱਕ ਨੇ ਜਵਾਬ ਦਿੱਤਾ ਕਿ ਪੇਂਟਿੰਗ ਬਹੁਤ ਅੱਛੀ ਹੈ ਬੜਾ ਫਰੈਸ਼ ਲੱਗ ਰਿਹਾ ਕਿ ਬਰਫ਼ ਗਿਰ ਰਹੀ ਹੈ ਸਭ ਕੁਝ ਵਾਈਟ ਹੈ ਉਹਦੇ ਨਾਲ ਬੰਦੇ ਨੇ ਜਿਹੜਾ ਖੜਾ ਸੀ ਉਹਨੂੰ ਕਿਹਾ ਕੀ ਅੱਛਾ ਲੱਗ ਰਿਹਾ ਸਾਰਾ ਪੱਤਝੜ ਹੈ ਤੇ ਸੁੱਕਾ ਹੈ ਕੁਝ ਵੀ ਨਹੀਂ ਹੈ ਤੇ ਬਿਲਕੁਲ ਬੋਰਿੰਗ ਜੀ ਪੇਂਟਿੰਗ ਹੈ ਤੋਂ ਪੇਂਟਰ ਨੇ ਉਹਨਾਂ ਨੂੰ ਕਿਹਾ ਕਿ ਪੇਂਟਿੰਗ ਆਪਣੇ ਆਪ ਵਿੱਚ ਕੁਝ ਨਹੀਂ ਹੁੰਦੀ ਦੇਖਣ ਵਾਲੇ ਦਾ ਮਾਈਂਡਸੈਟ ਡਿਸਾਈਡ ਕਰਦਾ ਹੈ ਕਿ ਪੇਂਟਿੰਗ ਕੀ ਹੈ ਕੋਈ ਹਰਿਆਵਲ ਦੇਖਣਾ ਚਾਹੁੰਦਾ ਹੈ ਹਰਿਆਵਲ ਦੇਖੇਗਾ ਕੋਈ ਪੱਤਝੜ ਦੇਖਣਾ ਚਾਹੁੰਦਾ ਹੈ ਪੱਤਝੜ ਦੇਖੇਗਾ ਤੀਸਰਾ ਡਬਲਯੂ ਵੈਲਨੈਸ ਤੁਸੀਂ ਅਗਰ ਸਾਈਕੋਲੋਜੀ ਨੂੰ ਹੁਣ ਆਨਲਾਈਨ ਵੀ ਦੇਖੋਗੇ ਤੇ ਵੈਲਨੈਸ ਸਾਈਕੋਲੋਜੀ ਐਕਸਟ੍ਰੀਮ ਬਿਲਕੁਲ ਅਲੱਗ ਹੈ ਜਿਹਦੇ ਵਿੱਚ ਆਉਂਦਾ ਹੈ ਕਿ ਮਾਈਂਡ ਬਾਡੀ ਔਰ ਸਪਿਰਿਟ ਦੀ ਹਾਰਮਨੀ ਮਤਲਬ ਕਿ ਉਹਨਾਂ ਦਾ ਬੈਲੈਂਸ ਜਿਵੇਂ ਕੱਲ ਉਹਨਾਂ ਨੇ ਲੈਕਚਰ ਵਿੱਚ ਗੱਲ ਕੀਤੀ ਸੀ ਕਿ ਰਜੋ ਤਮੋ ਸਤੋ ਗੁਣਾ ਦਾ ਵੀ ਬੈਲੈਂਸ ਹੋਣਾ ਚਾਹੀਦਾ ਯੂ ਮੇ ਬੀ ਫਿਜ਼ੀਕਲੀ ਫਿਟ ਬਟ ਮੈਂਟਲੀ ਇਮੋਸ਼ਨਲੀ ਸਾਈਕੋਲੋਜੀਕਲੀ ਅਨਫਿਟ ਔਰ ਮੋਸਟਲੀ ਆਹੀ ਹੁੰਦਾ ਹੈ ਸਾਡੇ ਨਾਲ ਉਕੇ ਅਸੀਂ ਫਿਜ਼ੀਕਲੀ ਫਿਟ ਹਾਂ ਲੇਕਿਨ ਜਿਸ ਟਾਈਮ ਅਸੀਂ ਮੂੰਹ ਖੋਲਦੇ ਹਾਂ ਔਰ ਬੋਲਦੇ ਹਾਂ ਤੋ ਤੁਹ ਪਤਾ ਚਲ ਜਾਂਦਾ ਕਿ ਇਸ ਟਾਈਮ ਸਾਡੇ ਮਾਈਂਡ ਵਿੱਚ ਕੀ ਚੱਲ ਰਿਹਾ ਹੈ World Health Organization ਮੈਂਟਲ ਹੈਲਥ ਦੇ ਉੱਪਰ ਫੋਕਸ ਦਿੰਦੀ ਹੈ ਜੋ ਕਿ ਵੈਲਨੈਸ ਸਾਈਕੋਲੋਜੀ ਦਾ ਹਿੱਸਾ ਹੈ ਉਹ ਕਹਿੰਦੇ ਨੇ ਮੈਂਟਲ ਹੈਲਥ ਇਜ਼ ਅ ਸਟੇਟ ਆਫ ਵੈਲਬੀਂਗ ਇਨ ਵਿੱਚ ਇੰਡੀਵਿਜੂਅਲ ਰਿਅਲਾਈਜ਼ਸ ਹਿਸ ਹਰ ਅਬਿਲਿਟੀਆਂ ਮਤਲਬ ਆਪਣਾ ਪੋਟੈਂਸ਼ੀਅਲ ਇੱਕ ਬੰਦਾ ਰਿਅਲਾਈਜ਼ ਕਰੇ ਉਹ ਪ੍ਰੋਪਰ ਮੈਂਟਲ ਹੈਲਥ ਹੈ ਐਂਡ ਕੋਪ ਅਪ ਵਿਦ ਦੀ ਨਾਰਮਲ ਸਟ्रेसेस ਆਫ ਲਾਈਫ ਜੋ ਜ਼ਿੰਦਗੀ ਦੇ ਸਾਡੇ ਸਟ्रेसेस ਨੇ ਉਹਨਾਂ ਨੂੰ ਉਹ ਹੈਂਡਲ ਕਰ ਸਕੇ ਹੀ ਸ਼ੁੱਡ ਹੀ অর ਸ਼ੀ ਸ਼ੁੱਡ ਬੀ ਪ੍ਰੋਡਕਟਿਵ ਇਨ ਲਾਈਫ ਐਂਡ ਆਲਸੋ ਕੰਟ੍ਰਿਬਿਊਟ मीनिंगफुली ਟੂ ਹਿਸ ਕਮਿਊਨਿਟੀ ਇੱਥੇ ਉਹ ਹੁਣ ਕਮਿਊਨਿਟੀ ਦੀ ਗੱਲ ਕਰ ਰਹੇ ਨੇ ਕਿਉਂਕਿ ਇੱਕ ਸਾਈਕੋਲੋਜੀ ਸੀ ਸਟ੍ਰੀਮ ਸੋਸ਼ਲ ਸਾਈਕੋਲੋਜੀ ਇੱਕ ਕਮਿਊਨਿਟੀ ਸਾਈਕੋਲੋਜੀ ਵੀ ਸਟ੍ਰੀਮ ਉਹਨਾਂ ਨੇ ਐਡ ਕੀਤੀ ਹੈ ਤੋ ਸਾਨੂੰ ਤੇ ਨਾਲ ਹੀ ਜੋ ਅੱਜ ਅਸੀਂ ਸੋਸ਼ਲ ਕਨਸੈਪਟ ਆਪਣਾ ਬਣਾਇਆ ਹੋਇਆ ਹੈ ਕਿ ਫਰੈਂਡਸ ਔਰ ਫੈਮਿਲੀ ਔਰ ਕੰਟੈਕਟਸ ਦੇ ਵਿੱਚ ਫਰਕ ਹੁੰਦਾ ਹੈ ਕਈ ਵਾਰ ਅਸੀਂ ਫੇਸਬੁਕ ਤੇ ਅਜਿਹੇ ਲੋਕਾਂ ਨਾਲ ਗੱਲ ਕਰ ਰਹੇ ਹਾਂ ਜੋ ਜਾਣਦੇ ਹੀ ਨਹੀਂ ਅਸੀਂ ਕੌਣ ਆ ਤੇ ਜਦੋਂ ਸਾਡੀ ਮਰਜ਼ੀ ਦੀ ਗੱਲ ਨਹੀਂ ਹੁੰਦੀ ਅਸੀਂ ਅਨਫਰੈਂਡ ਕਰ ਦਿੰਨੇ ਆ ਔਰ ਜਦੋਂ ਸਾਨੂੰ ਜ਼ਰੂਰਤ ਹੈ ਕਿ ਉਹ ਬੰਦਾ ਸਾਡੇ ਕੰਮ ਆ ਸਕਦਾ ਉਹਨੂੰ ਅਸੀਂ ਆਪਣੀ ਫਰੈਂਡ ਲਿਸਟ ਦੇ ਵਿੱਚ ਐਡ ਕਰਨੇ ਆ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਵੈਲਨੈਸ ਐਕਸਪਰਟ ਕਹਿ ਸਕਦੇ ਆ ਜਾਂ ਲਾਈਫਸਟਾਈਲ ਇੰਜੀਨੀਅਰ ਇਨਰ ਲਾਈਫ ਇੰਜੀਨੀਅਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਐ ਟਰਮਸ ਉਹ ਨੇ ਜੋ ਅੱਜ ਐਕਸਪਰਟਸ ਆਪਣੀ ਵਰਕਸ਼ਾਪਸ ਵਿੱਚ ਯੂਜ਼ ਕਰਦੇ ਨੇ ਇਕਵਲਪਿੰਗ ਬਾਹਰ ਆਊਟਵਰਡ ਜਿਹੜਾ ਮੈਂ ਬਾਰ ਬਾਰ ਕਹਿ ਰਹੀਆਂ ਕਿ ਵਰਕਸ਼ਾਪਸ ਜੋ ਦਿਖਾ ਰਹੀਆਂ ਨੇ ਜਾਂ ਜੋ ਦੇ ਰਹੀਆਂ ਨੇ ਉਹ ਅਸੀਂ ਜਦੋਂ ਸੁਣਦੇ ਆ ਨੋਟ ਕਰਦੇ ਆ ਪੁਆਇੰਟਸ ਨੂੰ ਅੱਛਾ ਲੱਗਦਾ ਬਟ ਫॉर ਅ ਟਾਈਮ ਬਿੰਗ ਕਿਉਂਕਿ ਅੰਦਰੋਂ ਅਸੀਂ ਖੁਦ ਟੁੱਟੇ ਹੋਏ ਹੁੰਦੇ ਆ जब तक अंदर मूल नी नहीं जुड़ते या बाणी या गीता जो भी जिदा स्क्रिप्चर है विश्वास है तद तक आउटवर्ड हमेशा टुटद चाहे वह कुछ टाइम बाद टुटे तो ऑबजैक्टिव वैलबींग और सबजैक्टिव वैलबींग गुरु ग्रंथ साहब सू <coughs> सबजैक्टिव वैलबींग देंगे और सबजैक्टिव वैलबींग होंगे इनर एनरिचमेंट जिस तरह सर ने भी गल की इनर ग्रोथ औरडिंग मीनिंग टू लाइफ ਸਾਨੂੰ ਇੱਕ ਸਟੇਜ ਦੇ ਉੱਤੇ ਜਦੋਂ ਅਸੀਂ ਬਜ਼ੁਰਗ ਹੋਨੇ ਆ ਸਾਨੂੰ ਲੱਗਦਾ ਕਿ ਹੁਣ ਲਾਈਫ ਸਾਡੀ ਖਤਮ ਹੋ ਰਹੀ ਹੈ ਤੇ ਸਸੀ ਫੈਮਲੀ ਦੇ ਵਿੱਚ ਆਪਣੇ ਆਪ ਨੂੰ ਰੁਚਿਤ ਕਰ ਲੈਂਦੇ ਆ ਕਿ ਬੱਚਿਆਂ ਨੂੰ ਉਹਨਾਂ ਦੇ ਬੱਚਿਆਂ ਲੇਕਿਨ ਅਲਟੀਮੇਟਲੀ ਹੁੰਦਾ ਹੈ ਕਿ ਵੀ ਬਿਕਮ ਮੋਰ ਡਿਪਰੈਸਡ ਚਾਹੇ ਅਸੀਂ ਰਿਟਾਇਰਮੈਂਟ ਤੋਂ ਬਾਅਦ ਵੀ ਸਾਨੂੰ ਲੱਗਦਾ ਵਾਟ ਟੂ ਡੂ ਵਿਦ ਆਲ ਸੈਲਵਜ਼ অর ਵਾਟ ਟੂ ਡੂ ਵਿਦ ਲਾਈਫ ਲੇਕਿਨ मीनिंग ਜਦੋਂ ਅਸੀਂ ਐਡ ਕਰਨੇ ਆ ਜਿਹੜਾ ਸਬਜੈਕਟਿਵ ਵੈਲਬੀਂਗ ਹੈ ਕਿ ਤੁਸੀਂ ਕੋਈ ਵੀ ਸੋਸ਼ਲ ਕੰਮ ਐਚ ਇੰਗੇਜ ਕਰ ਸਕਦੇ ਹੋ ਤੁਸੀਂ ਕਿਸੇ ਦੇ ਵਾਸਤੇ ਕੁਝ ਕਰ ਸਕਦੇ ਹੋ ਆਫਟਰ ਚਾਈ ਹੈ ਔਰ ਰਿਟਾਇਰਮੈਂਟ ਹੈ ਚਾਹੇ ਵਾਟਐਵਰ ਏਜ ਤੇ ਜੋ ਵਿਜ਼ਡਮ ਸਾਨੂੰ ਗੁਰੂ ਗ੍ਰੰਥ ਸਾਹਿਬ ਚੋਂ ਮਿਲਦੀ ਹੈ ਉਹ ਸਾਨੂੰ 엠ਪਾਵਰ ਕਰਦੀ ਹੈ ਬਲ ਹੋਆ ਬੰਧਨ ਛੁੱਟ ਗਿਓ ਸਭ ਕੁਝ ਹੋਤ ਉਪਾਏ ਹਰ ਚੀਜ਼ ਦੀ ਜੁਗਤ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ ਔਰ ਹਰ ਚੀਜ਼ ਉਹ ਕਹਿ ਰਹੇ ਨੇ ਸੋਲੂਸ਼ਨ ਹੈ ਕਿ ਯੂ ਸ਼ੁੱਡ ਬੀ ਇੰਪਾਵਰਡ ਟੂ ਹੈਂਡਲ ਲੇਕਿਨ ਜਿਹੜਾ ਐਡਿੰਗ ਮੀਨਿੰਗ ਟੂ ਲਾਈਫ ਹੈ ਅਜਾਗਰ ਅਸੀਂ ਸੈਟਰਡੇ ਸੰਡੇ ਤੋਂ ਬਾਅਦ ਦੇਖੀਏ ਮੋਸਟਲੀ ਅਸੀਂ ਸਕੂਲ ਵੀ ਨਹੀਂ ਜਾਣਾ ਚਾਹੁੰਦੇ ਕਾਲਜ ਵੀ ਨਹੀਂ ਜਾਣਾ ਚਾਹੁੰਦੇ ਕੰਮਾਂ ਤੋਂ ਵੀ ਅਸੀਂ ਬੋਰਡ ਆ ਅਸੀਂ ਪੂਰਾ ਸਿਨੈਰੀਓ ਅਗਰ ਅਸੀਂ ਦੇਖੀਏ ਤੇ ਡੀਮੋਟੀਵੇਟਿਡ ਆ ਲੇਕਿਨ ਗੁਰੂ ਗ੍ਰੰਥ ਸਾਹਿਬ ਸਿਜ਼ ਨਾਨਕ ਭਗਤਾ ਸਦਾ ਵਿਗਾਸ always we they are growing ਉਹਨਾਂ ਦੇ ਅੰਦਰ ਗਰੋਥ ਹੈ ਹਮੇਸ਼ਾ ਔਰ ਸਦਾ ਮਨ ਚਾਓ ਸਤ ਸੁਹਾਨ ਸਦਾ ਮਨ ਚਾਓ ਇਹ ਹੈਗਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੇ ਨਾਲ ਲਾਈਫ ਦੇ ਵਿੱਚ मीनिंग ਨੂੰ ਐਡ ਕਰਦੇ ਆਂ ਅਸੀਂ ਇੱਕ ਕੋਟ ਹੈਗਾ ਬੌਬ ਮਾਰਲੋ ਦਾ ਜਦੋਂ ਅਸੀਂ ਏਜ ਵਾਈਜ਼ ਆਪਣੇ ਆਪ ਨੂੰ ਮੰਨਦੇ ਆਂ ਕਿ ਚੇਂजेस ਆ ਰਹੇ ਨੇ ਜਾਂ ਅਸੀਂ ਬਜ਼ੁਰਗ ਹੋ ਰਿਹਾ ਹੀ ਸੇਜ਼ 40 ਇਸ ਦੀ 올ਡ ਏਜ ਆਫ ਯੂਥ ਐਂਡ 50 ਇਜ਼ ਦੀ ਯੂਥ ਆਫ 올ਡ ਏਜ ਤੋ ਇਹ ਐਵਰੀ ਏਜ ਜਿਹੜੀ ਹੈ ਸਾਡੀ ਚਾਹੇ ਉਹ 30 ਹੈ 40 ਹੈ 50 ਹੈ ਉਹ ਇੱਕ ਡਿਸਾਈਡਿੰਗ ਫੈਕਟਰ ਹੈ ਅਸੀਂ ਲੋਕ ਜਿਸ ਤਰ੍ਹਾਂ ਡੀਮੋਟੀਵੇਟਿਡ ਜੀਵਨ ਜੀਨੇ ਆ ਕਿ ਅੱਜ ਉੱਠਣ ਨੂੰ ਮੇਰਾ ਮਨ ਨਹੀਂ ਅੱਜ ਮੇਰਾ ਜਾਨ ਨੂੰ ਮਨ ਨਹੀਂ ਅੱਜ ਫੋਨ ਸੁਣਨ ਨੂੰ ਮਨ ਨਹੀਂ ਲੇਕਿਨ ਗੁਰੂ ਗ੍ਰੰਥ ਸਾਹਿਬ ਸੇਸ ਕਿ 365 ਡੇਸ ਜਿਹੜੇ ਨੇ ਸਾਲ ਦੇ ਉਹ ਫਰੈਸ਼ ਓਪਰਚੁਨਿਟੀ ਸਾਡੇ ਵਾਸਤੇ ਲੈ ਕੇ ਆਉਂਦੇ ਨੇ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਯੂਜ਼ ਕਰਦੇ ਆ ਆਪਣੀ ਲਾਈਫ ਦੇ ਵਿੱਚ ਕਿਸ ਤਰ੍ਹਾਂ ਲਾਈਫ ਨੂੰ ਬੈਟਰ ਕਰਦੇ ਆ ਕੁਆਲਿਟੀ ਆਫ ਲਾਈਫ ਕਿਸ ਤਰ੍ਹਾਂ ਅਸੀਂ ਇੰਪਰੂਵ ਕਰਦੇ ਆ ਦਿਸ ਡਿਪੈਂਡਸ ਔਨ ਅਸ ਮੈਂ ਸ਼ੁਰੂਆਤ ਕੀਤੀ ਸੀ ਮੋਰ ਔਰ ਲੈਸ ਦੇ ਕਨਸੈਪਟ ਤੋਂ ਇੱਕ ਕੋਟ ਹੈ ਜਿਹੜਾ ਮੋਰ ਔਰ ਲੈਸ ਦੇ ਉੱਤੇ ਹੈ ਔਰ ਮੈਨੂੰ ਲੱਗਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਪੂਰੇ ਫਲਸਫੇ ਨੂੰ ਜਾਂ ਪੂਰੀ ਲਾਈਫ ਸਕਿੱਲ ਨੂੰ ਡਿਸਕ੍ਰਾਈਬ ਕਰਦਾ ਹੈ ਸੈਵਨ ਸਟੈਪਸ ਟੂ ਹੈਪੀਨੈਸ

ਧੰਨਵਾਦ ਭਾਵਨਾ ਮਲਿਕ ਜੀ ਲਾਈਫ ਸਕਿੱਲ ਦੀ ਗੱਲ ਹੋ ਰਹੀ ਸੀ ਗੱਲ ਲਾਈਫ ਸਕਿੱਲ ਦਾ ਕਿਸੇ ਉਮਰ ਨਾਲ ਕੋਈ ਤਾਲਕ ਨਹੀਂ ਆ ਹਜ਼ਾਰਾਂ ਹਜ਼ਾਰਾਂ ਸਾਲ ਪਹਿਲੇ ਦੀ ਇੱਕ ਕਹਾਵਤ ਕਿ ਬਜ਼ੁਰਗੀ ਬਾ ਅਕਲ ਅਸਤ ਬਨਾ ਸਾਲ ਬਜ਼ੁਰਗੀ ਦਾ ਇੱਥੇ ਮਤਲਬ ਧਿਆਨਦਾਰੀ ਨਾਲ ਹੈ ਤੇ 올ਡ ਏਜ ਨਾਲ ਵੀ ਲਿਖਿਆ ਜਾਂਦੇ ਨੇ ਤੇ ਉਹ ਕਹਿੰਦੇ ਨੇ ਕਿ ਜਿਹੜੀ ਸਿਆਣਪ ਹੈ ਨਾ ਇਹਦਾ ਸਬੰਧ ਬਜ਼ੁਰਗੀ ਬਾ ਅਕਲ ਅਸਤ ਬਾ ਨਾ ਸਾਲ ਕਿ ਬੁੜਾਪਾ ਜਿਹੜਾ ਹੈ ਇਹਦਾ ਸਬੰਧ ਅਕਲ ਨਾਲ ਹੈ ਸਾਲਾਂ ਨਾਲ ਨਹੀਂ ਹੈ ਉਮਰ ਨਾਲ ਨਹੀਂ ਹੈ ਤੇ ਸਾਡੇ ਕੋਲ ਕਈ ਮਿਸਾਲਾਂ ਨੇ ਜਿਵੇਂ 7 ਸਾਲ ਦੀ ਉਮਰ ਦੇ ਗੁਰੂ ਹਰਕਿਸ਼ਨ ਸਾਹਿਬ ਤੋਂ ਬਹਿਰ ਲਾਈਫ ਸਕਿੱਲ ਦੀ ਜਿਹੜੀ ਗੱਲ ਹੈ ਕਿ ਤੈਸੀ ਬੁੱਧ ਕਰੋ ਪ੍ਰਗਾਸਾ ਲਾਗੇ ਪ੍ਰਭ ਸੰਗਪ੍ਰੀਤ ਤੇ ਫਿਰ ਕਹਤਾ ਗੁਰ ਗੁਰ ਸ਼ਬਦ ਦੀਪਕ ਪਰਗਾਸਾ ਤੁਹਾਡੇ ਵਿਚਾਰ ਜਿਹੜੇ ਨੇ ਇਹ ਸ਼ੁੱਧ ਕਰਦੇ ਨੇ ਧਰਮ ਅੱਛੀ ਸੋਚ ਸੰਸਕਾਰ ਪ੍ਰੈਕਟਿਸ ਅਮਲ ਤਾਂ ਧਰਮ ਤੁਹਾਡੇ ਵਿਚਾਰ ਸ਼ੁੱਧ ਕਰਦਾ ਤੁਹਾਡੇ ਵਿਚਾਰ ਤੁਹਾਡੇ ਸ਼ਬਦ ਬਣ ਜਾਂਦੇ ਨੇ ਤੁਹਾਡੇ ਸ਼ਬਦ ਤੁਹਾਡਾ ਸੁਭਾਅ ਬਣ ਜਾਂਦਾ ਤੁਹਾਡਾ ਸੁਭਾਅ ਤੁਹਾਡੀ ਹੈਬਿਟ ਬਣ ਜਾਂਦੀ ਆਦਤ ਬਣ ਜਾਂਦੀ ਹੈ ਤੁਹਾਡੀ ਆਦਤ ਤੁਹਾਡਾ ਚਰਿੱਤਰ ਬਣ ਜਾਂਦਾ ਹੈ ਕਿਰਦਾਰ ਬਣ ਜਾਂਦਾ ਹੈ ਤੁਹਾਡਾ ਔਰ ਤੁਹਾਡਾ ਕਿਰਦਾਰ ਜਿਹੜਾ ਉਹ ਤੁਹਾਡਾ ਜੀਵਨ ਬਣ ਜਾਂਦਾ ਹੈ ਇਹ ਹੈ ਲਾਈਫ ਸਟਾਈਲ ਹੁਣ ਤਿੰਨ ਗੱਲਾਂ ਨੇ ਧਰਮ ਦੀ ਗੱਲਾਂ ਕਰਦੇ ਨੇ ਲੋਕ ਯੋਗ ਵੀ ਇੱਕ ਅਲੱਗ ਇੱਕ ਸੰਪਰਦਾਇ ਜਤੰਤਰ ਹੈ ਇਹ ਕੀ ਨੇ ਕਹਿੰਦੇ ਨੇ ਕਿ ਇਹਨਾਂ ਦਾ ਇੱਕੋ ਹੀ ਅਰਥ ਹੈ ਕਿ ਹੁਣ ਮੈਂ ਅੰਨ ਯਾਤਰਾ ਨਹੀਂ ਕਰ ਰਿਹਾ ਬਲਾਈਂਡ ਯਾਤਰਾ ਨਹੀਂ ਕਰਨੀ ਮੈਂ ਅੱਖਾਂ ਖੋਲ ਕੇ ਚੱਲਾਂਗਾ ਇਹ ਹੈ ਲਾਈਫ ਸਟਲੈਕ ਅੱਖਾਂ ਖੋਲ ਕੇ ਚੱਲਣਾ ਹੁਣ ਅੱਖਾਂ ਐ ਫਿਜ਼ੀਕਲ ਨਹੀਂ ਸਿਰਫ ਖੋਲਨੀਆ ਉਹ ਜਿਹੜੀ ਅੰਦਰ ਵਰਦੀ ਇਨਵਰਡਸ ਦੀ ਗੱਲ ਕਰ ਰਹੇ ਨੇ ਉਹ ਕਹਿੰਦਾ ਕਿ ਮੈਂ ਕਿੱਥੇ ਜਾ ਰਿਆਂ ਕਿਉਂ ਜਾ ਰਿਆਂ ਇਸ ਦੀ ਚੇਤਨਾ ਪ੍ਰਤੀ ਅਵੇਅਰ ਹੋਵਾਂਗਾ ਮੈਂ ਸਾਹ ਵੀ ਚੱਲੇਗਾ ਤਾਂ ਹੋਸ਼ ਨਾਲ ਚੱਲੇਗਾ ਪੈਰ ਉੱਠਣਗੇ ਤਾਂ ਹੋਸ਼ ਨਾਲ ਉੱਠਣਗੇ ਲਾਈਫ ਸਕਿੱਲ ਨਾਲ ਉੱਠਣਗੇ ਇਹ ਜਦੋਂ ਅਸੀਂ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆਂ ਦੇਖੋ ਬੀਜ ਦਾ ਸ਼ਿਖਰ ਕੀ ਹੈ ਬੀਜ ਦਾ ਸ਼ਿਖਰ ਜਿਹੜਾ ਹੈ ਉਹ ਫਲ ਬੰਨਣਾ ਪਾਣੀ ਦਾ ਸ਼ਿਖਰ ਸਮੁੰਦਰ ਹੈ ਤਾਂ ਮਨੁੱਖ ਦਾ ਸ਼ਿਖਰ ਜਿਹੜਾ ਇੱਕ ਆਈਡੀਅਲ ਹਿਊਮਨ ਬੀਇੰਗ ਬੰਨਣਾ ਗੁਰੂ ਗ੍ਰੰਥ ਸਾਹਿਬ ਇਹ ਬਣਾ ਰਹੇ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਇੱਕ ਪੂਰਨ ਸੰਪੂਰਨ ਮਨੁੱਖ ਜਿਹਨੂੰ ਗੁਰਮੁਖ ਕਿਹਾ ਗਿਆ ਸਾਨੂੰ ਉਹ ਬਣਾਉਣ ਦੀ ਗੱਲ ਕਰਦੇ ਨੇ ਪਰ ਗਰਾਉਂਡ ਰਿਐਲਿਟੀ ਭਾਵੇਂ ਕੁਝ ਵੀ ਹੈ ਜਿਹੜੀ ਗੱਲ ਕਹੀ ਗਈ ਕਿ ਪਹਿਲੇ ਗਰਾਉਂਡ ਰਿਐਲਿਟੀ ਦੀ ਗੱਲ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਫਿਰ ਨਾਲ ਨਿਦਾਨ ਦੇ ਦਿੰਦੇ ਨੇ ਗਰਾਉਂਡ ਰਿਐਲਿਟੀ ਤੇ ਹਨ ਮੁਨੁੱਖ ਜੀ ਕਿਸਤਾਂ ਆ ਰਿਆ ਤੋ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਨ ਸੋਏ ਸੁਨ ਨਿੰਦ ਵਿਚਾਰ ਰਸਨਾ ਸੋਈ ਲੋ ਮਿੱਠੇ ਸਾਦ ਮਨ ਸੋਇਆ ਭਾਇ ਮਿਸਮਾਦ ਤੇ ਨਾਲ ਫਿਰ ਕੀ ਹੋਇਆ ਮੂਸਨ ਹਰਪੰਚ ਬਟਵਾਰੇ ਸੂਨੇ ਨਗਰ ਪਰ ਢੁਗਾ ਰਹੇ ਫਿਰ ਉਹ ਜਿਹੜੇ ਅੰਦਰ ਉਹ ਜਿਹੜੇ ਪੰਜ ਬੈਠੇ ਨਾ ਫਿਰ ਉਹ ਹੀ ਤੁਹਾਡਾ ਸੁਭਾਅ ਬਣ ਜਾਏਗਾ। ਤੋਂ ਇਸ ਜਗ ਇਸ ਗ੍ਰਹਿ ਮੇਂ ਕੋਈ ਜਾਗਤ ਰਹੇ ਸਾਬੋ ਦੋਸਤੋ ਆਪਣੇ ਲੈ। ਇਹ ਜਾਗਤ ਜਿਹੜਾ ਰਹਿਣਾ ਇਹ ਇੱਕ ਹੈ ਵੀ ਉਹਨਾਂ ਨੇ ਅਵੇਅਰ ਰਹਿਣਾ ਹੈ। ਅਵੇਅਰ ਇਨਰ ਰਹਿਣਾ ਇਹ ਲਾਈਫ ਸਕਿੱਲ ਹੈ। ਸੋ ਧਨਵੰਤਾ ਜਿਸ ਬੁੱਧ ਵਿਵੇਕ ਲਾਈਫ ਸਕਿੱਲ ਆਪਾ ਆਪਾ ਆਪਣਾ ਪਛਾਣਨਾ ਹੈ। ਤੇ ਨਾਲ ਫਿਰ ਕਹਿ ਤੋ ਅੰਤਰਗਤ ਤੀਰਥ ਮਲ নাও ਨਾਣਾ ਤਾਂ ਜਿਹੜੇ ਐ ਬਾਹਰ ਦੇ ਤੁਸੀਂ ਤੀਰਥ ਇਸ਼ਨਾਨ ਕਰਦੇ ਪਿਓ ਇਹਦੇ ਨਾਲ ਕੱਖ ਨਹੀਂ ਹੋਣਾ ਇਸ਼ਨਾਨ ਕਰਨਾ ਤੇ ਆਪਣੇ ਅੰਦਰ ਹੀ ਕਰੋ ਬਸ ਅਖੀਰ ਵਿੱਚ ਇੰਨਾ ਹੀ ਕਿ ਇਫ ਯੂ ਵਾਂਟ ਟੂ ਵਾਕ ਫਾਸਟ ਵਾਕ ਅਲੋਨ ਇਹ ਤੁਹਾਨੂੰ ਚੋਇਸ ਹੈ ਐਂਡ ਇਫ ਯੂ ਵਾਂਟ ਟੂ ਵਾਕ ਫਾਰ ਦੂਰ ਤੱਕ ਚੱਲਣਾ ਥੈਨ ਵਾਕ ਟੂਗੇਦਰ ਇੱਥੇ ਜਦੋਂ ਮੈਂ ਵਾਕ ਟੂਗੇਦਰ ਕਰ ਰਿਹਾ ਇਹ ਆウター ਤੇ ਇਨਰ ਵਰਡ ਦੀ ਮੈਂ ਗੱਲ ਕਰਦਿਆਂ ਤਾਂ ਇਹ ਅ ਕਹਾਂ ਦਿੰਨਾ ਕਿ ਉਹ ਲਾਈਫ ਸਕਿੱਲ ਇਹ ਬਹੁਤ ਖੂਬਸੂਰਤ ਕਨਸੈਪਟ ਹੈ ਲਾਈਫ ਸਕਿੱਲ ਬਹੁਤ ਸਮਝਣ ਵਾਲਾ ਕਨਸੈਪਟ ਹੈ ਲਾਈਫ ਸਕਿੱਲ ਆਪਣੇ ਵਿਵਹਾਰ ਵਿੱਚ ਲਿਆਉਣ ਵਾਲੀ ਗੱਲ ਹੈ ਆਪਣਾ ਅੰਦਰਲਾ ਬਾਹਰ ਲਿਆਣਾ ਲਾਈਫ ਸਕਿੱਲ ਹੈ ਤਾਂ ਇਹ ਅੱਜ ਦਾ ਵਿਸ਼ੇ ਇੱਥੇ ਹੀ ਜੀ ਹੁਣ ਨਾ ਬੁੱਲਾ ਚੁੱਕਾ ਦੇਖੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ